ਦੂਸਰੇ ਪਾਸੇ ਕਹਿੰਦੇ ਹਿੰਦਾ ਪਲਕ ਦਾ ਵਕੀਲਾ ਵਾਲੇ ਦਾ ਲਾਡਾ ਨੌਜਵਾਨ ਗੱਭਰੂ ਪੂਰੀ ਕੋਸ਼ਿਸ਼ ਕਰਦਾ ਹੋਇਆ ਲੱਗਿਆ ਹੋਇਆ ਜ਼ੋਰ ਢੋਡੀ ਵਾਲਾ ਨੌਜਵਾਨ ਉੱਡੂ ਉੱਡੂ ਕਰਦਾ ਸਰੀਰ ਵਿੱਕੀ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਡਰੋਲੀ ਭਾਈ ਵੀਰ ਤੇ ਸ਼ੋਸ਼ਕ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਕੈਪਟਨ ਸਨੇਹ ਤੇ ਬਾਬਾ ਰੋਖੜਦਾਸ ਕਲੱਬ ਧੂਰ ਇਧਰ ਨੌਜਵਾਨ ਸੁਖਰਦਾਸੇ ਵਾਲਾ ਖੇਡ ਮੈਦਾਨ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੇ ਵਿੱਚ ਵੇਖਦਾ ਵੀ ਨੌਜਵਾਨ ਨੇ ਵੱਧ ਕੇ ਇੱਕ ਦੇ ਵਿੱਚ ਟੱਚ ਲਾਇਆ ਤੇ ਪੁਆਇੰਟ ਢਾਵੀ ਦੇ ਸੀ ਜੁੜਦਾ ਸਿਫ ਭਾਣੀ ਦੀ ਧਰਤੀ ਦਾ ਇਹ ਵੀ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਢਲ ਕਰਨ ਦੀ ਟੀਮ ਵੱਲੋਂ ਮਾਸਟਰ ਦਵਿੰਦਰ ਸਿੰਘ ਹੋਣਾ ਦੀ ਟੀਮ ਵੱਲੋਂ ਤੇ ਢਾਲੀਵਾਲ ਹੋਣਾ ਦੀ ਟੀਮ ਵੱਲੋਂ ਸੈਂਡੀ ਮਾਨੂਨੀ ਮੇਰੇ ਵੀਰੋ ਜਿਹੜੀ ਮਾਲਵਾ ਯੂਨਾਈਟਿਡ ਕਬੱਡੀ ਕਲੱਬ ਢਲ ਕਲਾ ਦੀ ਟੀਮ ਉਹਦਾ ਨਾਂ ਚੇਂਜ ਕਰਕੇ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਢਲ ਕਲਾ ਕਰ ਦਿੱਤਾ ਗਿਆ ਕਿਉਂਕਿ ਅਲਬਰਟਾ ਦੇ ਕਬੱਡੀ ਪ੍ਰਮੋਟਰ ਸੁਖਾ ਢਾਲੀਵਾਲ ਜੀ ਤਖਤਪੁਰੇ ਵਾਲੇ ਸੈਂਡੀ ਮਾਨ ਉਹਨਾਂ ਨੇ ਕੈਲ ਤੂਰ ਉਹਨਾਂ ਨੇ ਹੋਸੇ ਕੋਟਲੇ ਦੇ ਕੈਲ ਤੂਰ ਉਹਨਾਂ ਨੇ ਅਮਰੀਕ ਖਾੜੇ ਉਹਨਾਂ ਨੇ ਇਸ ਟੀਮ ਨੂੰ ਸਪਾਂਸਰ ਕਰ ਦਿੱਤਾ ਹੈ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੋ ਗਈ ਹੈ ਟੀਮ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਢਲ ਕਲਾ ਜਿਹਦੇ ਕੋਚ ਨੇ ਮਾਸਟਰ ਦਵਿੰਦਰ ਸਿੰਘ ਦੀ ਭੇਕਾ ਸੁਖ ਜੀ ਢਲ ਕਲਾ ਵਾਲੇ ਭਾਵੇਂ ਕਿ ਜਥੇਦਾਰ ਹਰਦੀਪ ਸਿੰਘ ਟੋਨੇ ਵਾਰੇ ਵਾਲੀਏ ਦੀ ਗੱਲ ਹੈ ਕਮਿਕ ਰੌਕਟ ਉਹਨਾਂ ਦੀ ਇੱਧਰ ਨੌਜਵਾਨ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਸੁਖਰਦਾਸੇ ਵਾਲਾ ਤੇ ਢੁੱਡੀ ਵਾਲਾ ਪੂਰੀ ਕੋਸ਼ਿਸ਼ ਕਰਦਾ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਚੁੱਕਿਆ ਹੈ ਡਰੋਲੀ ਭਾਈ ਵੀਰ ਤੇ ਸ਼ੋਸ਼ਕ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣ ਡਰੋਲੀ ਭਾਈ ਵੀਰ ਤੇ ਸ਼ੋਸ਼ਕ ਸਨੇਹ ਤੇ ਬਾਬਾ ਰੋਖੜਦਾਸ ਕਲੱਬ ਭਲੂਰ ਇਹ ਵੀ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਹੁੰਦੇ ਜਾਣ ਇੱਧਰ ਵਿੱਕੀ ਕਬੱਡੀ ਪਾ ਰਿਹਾ ਹੈ ਖੇਡ ਮੈਦਾਨ ਦੇ ਵਿੱਚ ਕਿ ਵਿੱਚ ਚਿਹਰੇ ਢੱਲਾਂ ਦੇ ਕਦੇ ਸ਼ੇਰ ਲਾਰਨ ਦੇ ਗੁਜੇ ਕੌਣ ਠੱਲੇ ਤਫਾਨਾਂ ਨੂੰ ਸਾਗਰ ਵਿਚਣਾ ਪੈਂਦੇ ਗੁਜੇ ਵੱਜੀ ਹੋਈ ਕੰਕੀ ਫੜਿਆ ਹੋਇਆ ਗੁੱਟ ਲੱਗਿਆ ਹੋਇਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦੀ ਖੇਡ ਵੀ ਇਹਦੇ ਵਿੱਚ ਹੁੰਦਾ ਯਾਰ ਸਾਧਾਂ ਵਾਲਾ ਭੀੜ ਵੀ ਲਾਡੇ ਨੇ ਬਹੁਤ ਤਕੜਾ ਜੱਫਾ ਲਾ ਕੇ ਵਕੀਲਾਂ ਵਾਲੇ ਦੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਅਗਲੇ ਮੈਚ ਦੀਆਂ ਟੀਮਾਂ ਡਰੋਲੀ ਭਾਈ ਵੀਰ ਤੇ ਸ਼ੋਸ਼ਕ ਇਹ ਵੀ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਪੰਜਾਬ ਲਾਈਵ 1.com ਦੇ ਉੱਪਰ ਅੱਜ ਦਾ ਮੇਰੇ ਵੀਰੋ ਪੂਰਾ ਟੂਰਨਾਮੈਂਟ ਜਿਹੜਾ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਜਾ ਰਿਹਾ ਹੈ ਕਬੱਡੀ 365.com ਨੇ ਦੁਨੀਆ ਭਰ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੀਰੋ ਇਹ ਵੈਬਸਾਈਟ ਬਣਾ ਕੇ ਔਰ ਪਹਿਲੀ ਵਾਰ ਕਬੱਡੀ ਨੂੰ ਲਾਈਵ ਕੀਤਾ ਫਿਰ ਪੰਜਾਬ ਦੇ ਵਿੱਚ ਸਾਡੇ ਹੋਰ ਵੀਰਾਂ ਨੇ ਵੈਬਸਾਈਟਾਂ ਬਣਾ ਕੇ ਪੂਰੀ ਦੁਨੀਆ ਦੇ ਵਿੱਚ ਕਬੱਡੀ ਨੂੰ ਉੱਪਰ ਚੱਕਣ ਦੇ ਲਈ ਵੱਡੇ ਉਪਰਾਲੇ ਕੀਤੇ ਹੈ ਪੰਜਾਬ ਲਾਈਵ 1.com ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਉੱਥੇ ਸੇਰਾ ਕਬੱਡੀ 365.com ਨੂੰ ਜਾਂਦਾ ਹੈ ਜਿਨ੍ਹਾਂ ਨੇ ਪਹਿਲੀ ਵਾਰ ਦੁਨੀਆ ਭਰ ਦੇ ਵਿੱਚ ਕਬੱਡੀ ਨੂੰ ਲਾਈਵ ਕੀਤਾ ਇੱਧਰ ਭਾਣੇ ਵਾਲਾ ਨੌਜਵਾਨ ਗੱਭਰੂ ਸੇਵਕ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਚਾਰ ਜਾਫੀਆਂ ਦੇ ਵਿੱਚ ਵੇਖਦਾ ਵੀ ਹੁਣ ਕੌਣ ਜਫਾ ਲਾਉਂਦਾ ਹਿੰਦਾ ਮਾਲਕ ਵਾਲਾ ਕਹਿੰਦੇ ਟੌਪ ਵਾਲਾ ਜਾਫੀ ਹੈ ਹਰਜੀਤ ਐਂਡ ਤਲਵਾਰ ਕਬੱਡੀ ਕਲੱਬ ਜਗਰਾਓ ਦੀ ਟੀਮ ਵੱਲੋਂ ਤਕੜੇ ਜਫੇ ਲਾਉਂਦਾ ਪੰਜਾਬ ਦੇ ਕਬੱਡੀ ਕੱਪਾਂ ਦੇ ਭੱਜੀ ਹੋਈ ਕੈਂਚੀ ਲੱਗਿਆ ਹੋਇਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦਾ ਮੁੰਡਾ ਹੱਥਾਂ ਚੋਂ ਨਿਕਲਦਾ ਜਾ ਰਿਹਾ ਹੈ ਇਸ ਵੇਲੇ ਚੱਲਦੇ ਹੋਏ ਮਾਈ ਦਾ ਪੂਰਾ ਨੌਜਵਾਨ ਨੇ ਸਵਾਦ ਕਰ ਦਿੱਤਾ ਹੈ ਬਹੁਤ ਤਕੜਾ ਜੱਫਾ ਲਾ ਕੇ ਹਿੰਦਾ ਬਲਕ ਪਿੰਡ ਦਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਵਕੀਲਾਂ ਵਾਲੇ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਜੇਕਰ ਮੈਚ ਵਧੀਆ ਲੱਗਿਆ ਤਾਂ ਤਾੜੀ ਮਾਰ ਕੇ
ਲਾ ਕੇ ਗੱਲ ਕੀ ਬਹੁਤ ਤਕੜਾ ਮੈਚ ਖੇਡਿਆ ਗਿਆ ਦੋਨੋਂ ਟੀਮਾਂ ਦੇ ਦਰਮਿਆਨ ਡੋਲੀ ਭਾਈ ਦੀ ਬੀ ਟੀਮ ਅਗਲਾ ਮੈਚ ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਇਹ ਦੋਨੋਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਾ ਸੁਨੇਰ ਤੇ ਬਾਬਾ ਰੁੱਖੜਦਾਸ ਕਲੱਬ ਭਲੂਰ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਸੁਨੇਰ ਤੇ ਬਾਬਾ ਰੁੱਖੜਦਾਸ ਕਲੱਬ ਭਲੂਰ ਪੰਜ ਗ੍ਰਾਈ ਤੇ ਦੌਦਰ ਭਰਾਣਾ ਤੇ ਸਾਫੂ ਵਾਲਾ ਹਰਗੋਬਿੰਦ ਕਲੱਬ ਘੱਲ ਕਲਾਂ ਤੇ ਮੇਜਰ ਸਰ ਕਲੱਬ ਮਹਿਲਾ ਇਹ ਵੀ ਟੀਮਾਂ ਦੇ ਪਲੇਅਰ ਤਿਆਰ ਰਹਿਣ ਖੇਤਾਂ ਵਾਲੀ ਸਾਈਡ ਤੇ ਦੂਸਰੇ ਪਾਸੇ ਡੋਲੀ ਭਾਈ ਦੀ ਟੀਮ ਹੈ ਕਹਿੰਦੇ ਕੇਵਲ ਸੰਘੀ ਉਹਨਾਂ ਦਾ ਪਿੰਡ ਹੈ ਡੋਲੀ ਭਾਈ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਬੱਡੀ ਖਿਡਾਰੀ ਹੈ ਔਰ ਇਸ ਵੇਲੇ ਭੱਜੀ ਹੋਈ ਗਿਣਤੀ ਨੌਜਵਾਨ ਗੱਭਰੂ ਬਲਕਰਨ ਸਿੰਘ ਸ਼ੂਸ਼ਕ ਦੀ ਧਰਤੀ ਦਾ ਕੁਲਵਿੰਦਰ ਗਿਆਨੀ ਦਾ ਪੇਂਡੂ ਸੁੱਖੇ ਵਰਗੇ ਬਾਬੇ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪੇਂਡੂ ਨੌਜਵਾਨ ਖੇਡ ਮੈਦਾਨ ਦੇ ਵਿੱਚ ਤਕੜਾ ਜੱਫਾ ਲਾਉਂਦਾ ਹੋਇਆ ਅਗਲੇ ਮੈਚ ਦੀਆਂ ਦੋ ਟੀਮਾਂ ਸੁਨੇਰ ਤੇ ਬਾਬਾ ਰੁੱਖੜਦਾਸ ਕਲੱਬ ਭਲੂਰ ਇਹ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜਣ ਲਓ ਧੋਨੀ ਕਬੱਡੀ ਪਾਉਣ ਦੀ ਮੇਰੇ ਵੀਰੋ ਤਿਆਰੀ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਇੱਕ ਨਿਰਵੈਰ ਸਿੰਘ ਧੋਨੀ ਰਾਣੀਵਾਲ ਪਿੰਡ ਦਾ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਇਸ ਵੇਲੇ ਨੌਜਵਾਨ ਮਾਰੀ ਗੋਡੇ ਪੱਟ ਤੇ ਥਾਪੀ ਤੇ ਪੈਰ ਪਾ ਦਿੱਤੀ ਹੈ ਹੁਣ ਵੇਖਣਾ ਵੀ ਚੌਂ ਜਾਫੀਆਂ ਦੇ ਵਿੱਚ ਕੌਣ ਜੱਫਾ ਲਾਉਂਦਾ ਪਰ ਕੋਹਦੀ ਸ਼ੋਸ਼ੂ ਪਿੰਡ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਜਗਦੀਪ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਵਿੱਚ ਬੀਪੀ ਮੇਹਰ ਸਿੰਘ ਵਾਲੇ ਦਾ ਕਹਿੰਦੇ ਬੜਾ ਕਾਇਮ ਜਾਫੀ ਹੈ ਨਾਲ ਬਲਕਰਨ ਹੈ ਨਾਲ ਲੱਖੀ ਵਰਗੇ ਨੇ ਹੁਣ ਵੇਖਣਾ ਵੀ ਕੌਣ ਜੱਫਾ ਲਾਉਂਦਾ ਇਸ ਧਾਵੀ ਦੇ ਬੋਲੇ ਧਾਵੇ ਤੇ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ ਇੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਇੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਦੇ ਜ਼ੋਰ ਪਰਖੇ ਜਾਂਦੇ ਨੇ ਇਹਨਾਂ ਖੇਡ ਮੈਦਾਨਾਂ ਵਿੱਚ ਅਗਲੀ ਕਬੱਡੀ ਨੌਜਵਾਨ ਭੋਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਸੁਨੇਰ ਤੇ ਬਾਬਾ ਰੁੱਖੜਦਾਸ ਕਲੱਬ ਭਲੂਰ ਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣ ਦੌਦਰ ਤੇ ਪੰਜ ਗ੍ਰਾਈ ਪੜਾਣਾ ਤੇ ਸਾਫੂ ਵਾਲਾ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਇਧਰ ਨੌਜਵਾਨ ਗੱਭਰੂ ਨੇ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਿਆ ਡੋਲੀ ਭਾਈ ਪਿੰਡ ਦਾ ਗੱਭਰੂ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਭੋਲੂ ਗਰੇਵਾਲ ਉਹਨਾਂ ਦਾ ਪਿੰਡ ਹੈ ਮੇਰੇ ਵੀਰੋ ਐਡਮਿੰਟਨ ਦੇ ਵਿੱਚ ਵਸਦੇ ਨੇ ਡੋਲੀ ਭਾਈ ਦੇ ਔਰ ਦੇਖਦਾ ਵੀ ਨੌਜਵਾਨ ਡੀਪੀ ਮੇਹਰ ਸਿੰਘ ਵਾਲੇ ਦਾ ਨੌਜਵਾਨ ਜਾਫੀ ਪੂਰੀ ਕੋਸ਼ਿਸ਼ ਕਰਦਾ ਹੋਇਆ ਯੂਨਾਈਟਡ ਕਬੱਡੀ ਕਲੱਬ ਵਿਨੀਪੈਗ ਦੀ ਟੀਮ ਵੱਲੋਂ ਵੀਰੇ ਪਿੰਡਰ ਉਹਨਾਂ ਦੀ ਟੀਮ ਵੱਲੋਂ ਖੇਡਾ ਕੈਨੇਡਾ ਦੀ ਅਲਬਰਟਾ ਸਟੇਟ ਦੇ ਵਿੱਚ ਮੈਨੀਟੋਬਾ ਦੇ ਵਿੱਚ ਬਹੁਤ ਤਕੜੇ ਜੱਫੇ ਲਾਏ ਹੈ ਇਸ ਨੌਜਵਾਨ ਗੱਭਰੂ ਨੇ ਤਕੜਾ ਜੱਫਾ ਲਾ ਕੇ ਆਪਣੀ ਟੀਮ ਲਈ ਪੁਆਇੰਟ ਐਡਜਸਟ ਕੀਤਾ ਹੈ ਮੈਚ ਸਮਾਪਤ ਹੈ ਸ਼ੋਸ਼ਕ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ
ਪੜਾਣਾ ਤੇ ਸਾਫੂ ਵਾਲਾ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਸੁਨੇਹ ਤੇ ਬਾਬਾ ਰੋਪੜਦਾਸ ਕਲੱਬ ਭਲੂਰ ਹਰ ਢਾਲ ਕਲਾ ਹਰਗੋਬਿੰਦ ਕਲੱਬ ਤੇ ਮੇਜਰ ਸਰ ਮਹਿਲਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ ਮੇਜਰ ਸਰ ਮਹਿਲਾ ਇਹ ਟੀਮਾਂ ਦੇ ਪਲੇਅਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਸੁਨੇਹ ਤੇ ਬਾਬਾ ਰੋਪੜਦਾਸ ਕਲੱਬ ਭਲੂਰ ਦੀਆਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਕਰਵਾਤਾ ਜਾਵੇ 13 ਤਰੀਕ ਰੋਡਿਆਂ ਦੇ ਕਬੱਡੀ ਕੱਪ ਦੀ ਹੈ ਪੰਜਾਬ ਕਬੱਡੀ ਅਕੈਡਮੀ ਐਸੋਸੀਏਸ਼ਨ ਦੀਆਂ ਟੀਮਾਂ ਰੋਡਿਆਂ ਦੇ ਖੇਡ ਮੈਦਾਨਾਂ ਵਿੱਚ ਖੇਡਣਗੀਆਂ ਅਗਲੇ ਮੈਚ ਦੀਆਂ ਟੀਮਾਂ ਪੜਾਣਾ ਤੇ ਸਾਫੂ ਵਾਲਾ ਹਰਗੋਬਿੰਦ ਕਲੱਬ ਢਾਲ ਕਲਾਂ ਤੇ ਮੇਜਰ ਸਰ ਮਹਿਲਾ ਇਹ ਟੀਮਾਂ ਜਿਹੜੀਆਂ ਖੇਡ ਗਰਾਊਂਡ ਦੇ ਵਿੱਚ ਪੁੱਜਣ ਬੇਅੰਤ ਬਕੇਲੇ ਵਾਲਾ ਸਾਡਾ ਵੀਰ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਅਗਲੇ ਮੈਚਾਂ ਲਈ ਵੱਡੀਆਂ ਸੇਵਾਵਾਂ ਦਿੱਤੀਆਂ ਨੇ ਉਸ ਵੀਰ ਨੇ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਸ਼ਹੂਰ ਬੁਲਾਰਾ ਬੇਅੰਤ ਬਕੇਲੇ ਵਾਲਾ ਉਹ ਵੀ ਖੇਡ ਮੈਦਾਨ ਦੇ ਵਿੱਚ ਅਗਲੇ ਮੈਚਾਂ ਲਈ ਪੁੱਜ ਜਾਵੇ ਇੱਕ ਪਾਸੇ ਕਹਿੰਦੇ ਭਲੂਰ ਦੀ ਟੀਮ ਮੇਰੇ ਵੀਰੋ ਖੇਤਾਂ ਵਾਲੀ ਸਾਈਡ ਪੁੱਜ ਗਈ ਹੈ ਔਰ ਦੂਸਰੇ ਪਾਸੇ ਟੀਮ ਸੁਨੇਹਾ ਦੀ ਹੈ ਦੋਨੋਂ ਹੀ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਸ਼ੁਰੂ ਹੋ ਜਾ ਰਿਹਾ ਹੈ ਕਿ ਆਰੀ 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 ਉਹ ਕਿਹੜੀ ਖੇਡ ਮਿੱਤਰੋ ਜੋ ਖੇਡਾਂ ਜੋ ਖੇਡਦੇ ਆਰੀ ਉਸ ਨੂੰ ਕਬੱਡੀ ਆਖਦੇ ਜਿਹੜੀ ਲੱਗੇ ਜਾਣ ਤੋਂ ਪਿਆਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਕਬੱਡੀ ਦੀ ਸਰਦਾਰੀ ਪੜਾਣਾ ਤੇ ਸਾਫੂ ਵਾਲਾ ਕਾਂਤਾ ਪੜਾਣੇ ਵਾਲਾ ਦੁਨੀਆ ਭਰ ਦਾ ਮਹਾਨ ਕਬੱਡੀ ਖਿਡਾਰੀ ਮਾਲਵਾ ਕਬੱਡੀ ਕਲੱਬ ਬੋਗੇ ਦੀ ਟੀਮ ਚਲਾਉਂਦਾ ਉਹ ਵੀ ਆਪਣੀ ਟੀਮ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਧੰਨਵਾਦ ਆਖਦੇ ਆ ਇਧਰ ਮੈਚ ਸ਼ੁਰੂ ਹੋਣ ਜਾ ਰਿਹਾ ਭਲੂਰ ਦੀ ਟੀਮ ਬਾਬਾ ਰੋਪੜਦਾਸ ਕਲੱਬ ਭਲੂਰ ਉਹ ਟੀਮ ਖੇਤਾਂ ਵਾਲੀ ਸਾਈਡ ਤੇ ਦੂਸਰੇ ਪਾਸੇ ਸੁਨੇਹਾ ਦੀ ਧਰਤੀ ਹੈ ਮੇਰੇ ਵੀਰੋ ਮਸ਼ਹੂਰ ਪਿੰਡ ਹੈ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜਿਹੜੇ ਮੂੰਹ ਚੋਂ ਵਾਕ ਨਿਕਲ ਗਏ ਉਹ ਵਿਰਸੇ ਨਹੀਂ ਜਾਣੇ ਉਧਰ ਅਵਤਾਰ ਸਿੰਘ ਜੀ ਲੰਗਿਆਣਾ ਹਾਂਗਕਾਂਗ ਵਾਲੇ ਕਬੱਡੀ 365.com ਦੇ ਮੇਨ ਸਪਾਂਸਰਾਂ ਵਿੱਚੋਂ ਇੱਕ ਨੇ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਆ ਨਿੱਕੀ ਜੀਆਂ ਨੂੰ ਆਖਦੇ ਆ ਉਧਰ ਗੁਰਚਰਨ ਸਿੰਘ ਦੀ ਸੁਨੇਹ ਸਾਡੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਵੱਡਿਆਂ ਕੋਲ ਸਿੱਖਣ ਨੂੰ ਮਿਲਿਆ ਜਿਹਨਾਂ ਵੀਰਾਂ ਤੋਂ ਉਹ ਵੀ ਅਗਲੇ ਮੈਚਾਂ ਦੀਆਂ ਸਵਾਵਾਂ ਲੈ ਕੇ ਖੇਡ ਗਰਾਊਂਡ ਦੇ ਵਿੱਚ ਹਾਜ਼ਰ ਹੋਣਗੇ ਇਧਰ ਸੋਨਾ ਕਬੱਡੀ ਪਾ ਰਹੇ ਮੇਰੇ ਵੀਰੋ ਸੁਨੇਹਾ ਦੀ ਧਰਤੀ ਦਾ ਆਹ ਖਿਡਾਰੀ ਕਹਿੰਦੇ ਕੈਨੇਡਾ ਖੇਡਿਆ ਬਸੰਤ ਭਲੂਰ ਵਾਲਾ 155 ਪਾਉਂਡ ਦੇ ਵਿੱਚ ਸਰਦਾਰ ਮੇਜਰ ਸਿੰਘ ਬਲਾੜ ਦਾ ਪਿੰਡ ਹੈ ਅਲਬਰਟਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦੀ ਤੇ ਛੱਡ ਦੁਨਿਆਵੀ ਨਸ਼ੇ ਦਿਲ ਵਿੱਚ ਸਾਂਭੀ ਬੈਠਾ ਕਬੱਡੀ ਦੇ ਸਰੂਰ ਨੂੰ ਲੈਣਾ ਜੇ ਬੁਲਟ ਪਾ ਕੇ ਤੂੰ ਦਿਖਾ ਦੇ ਰੇਡ ਮੇਜਰ ਭਲੂਰ ਨੂੰ ਲੰਡੇਕੇ ਦਾ ਕੱਪ ਜਦੋਂ ਇਸ ਸਾਲ ਆਊਗਾ ਕਰਪਾਲ ਸਿੱਧੂ ਤੈਨੂੰ ਚੁੱਕੀਆਂ ਫੜਾਊਗਾ ਕਹਿੰਦੇ ਮੇਜਰ ਸਿੰਘ ਬਰਾੜ ਦਾ ਪਿੰਡ ਨੌਜਵਾਨ ਗੱਭਰੂ ਅਰਸ਼ੂ ਭਲੂਰ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਚਾਰ ਜਾਫੀ ਸੁਨੇਹਾ ਵਾਲੇ ਤਿਆਰ ਨੇ ਹੁਣ ਵੇਖਦੇ ਹਾਂ ਵੀ ਕੌਣ ਜੱਫਾ ਲਾ ਕੇ
ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਕਿ ਲਾਲਾ ਪੌੜੀਆਂ ਜਿੰਨਾ ਹਿੱਕਾਂ ਨੇ ਬਣਾਈਆਂ ਬਾਹਰ ਗੰਡ ਜਿੰਨਾ ਹਿੱਕਾਂ ਨੇ ਕਮਾਈਆਂ ਹੱਥ ਪੱਕੇ ਕੀਤੇ ਜਿੰਨਾ ਲਾ ਚੜ ਕੇ ਲੋਕੋ ਵਾਲਿਆਂ ਦੇਖ ਲੇ ਕਬੱਡੀ ਲੋਕ ਉਹਨਾਂ ਦੀ ਖੜ ਖੜ ਕੇ ਲੋਕੋ ਵਾਲਿਆਂ ਦੇਖ ਲੇ ਕਬੱਡੀ ਲੋਕ ਉਹਨਾਂ ਦੀ ਖੜ ਖੜ ਕੇ ਦਰਸ਼ਕ ਆਨੰਦ ਲੈਂਦੇ ਹੋਏ ਖੇਡ ਕਬੱਡੀ ਦਾ ਇੱਧਰ ਗਗਨ ਖੇਡ ਮੈਦਾਨ ਵਿੱਚ ਅਗਲੀ ਕਬੱਡੀ ਪਾ ਰਿਹਾ ਚਾਰ ਚਾਫੇ ਵਿੱਚ ਵੇਖਦਾ ਰਹੀ ਇੱਕ ਪਾਸੇ ਕੀਪਰ ਅੰਬੂ ਕਹਿੰਦੇ ਢੱਲਾ ਵਾਲਾ ਬੜਾ ਕੈਮ ਜਾਫੀ ਹੈ ਸਰਦਾਰ ਕਰਮ ਸਿੰਘ ਦਾ ਪੁੱਤਰ ਰੰਜੀ ਉਹਨਾਂ ਦਾ ਪੇਂਡੂ ਕੁਲਜੀਤ ਵਰਗਿਆਂ ਦੀ ਗੱਲ ਹੈ ਭਾਵੇਂ ਸੁਖ ਰੁਕਾਲੀ ਜੀ ਬਾਲਵਾ ਮੇਰੇ ਵੀਰ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਦੇ ਕੋਚ ਨੇ ਮਾਸਟਰ ਦਵਿੰਦਰ ਸਿੰਘ ਹੋਣਾ ਦੇ ਨਾਲ ਵੱਡੇ ਪਿਆਰ ਦੇ ਉਹਨਾਂ ਦਾ ਪੇਂਡੂ ਖਿਡਾਰੀ ਆਹ ਨੌਜਵਾਨ ਕੈਨੇਡਾ ਦੀ ਧਰਤੀ ਦੇ ਖੇਡਣ ਦਾ ਮਾਣ ਪ੍ਰਾਪਤ ਹੈ ਸਤਨਾਮ ਦਾ ਨਾਂ ਚੱਲਦਾ ਕਬੱਡੀ ਦੇ ਮੈਦਾਨਾਂ ਵਿੱਚ ਡੱਗੋਰ ਵਾਲਾ ਪਿੰਡ ਕੋਟਕਪੁਰੇ ਦੇ ਬਿਲਕੁਲ ਲਾਗੇ ਹੈ ਜ਼ਿਲ੍ਹੇ ਫਰੀਦਕੋਟ ਦੀ ਧਰਤੀ ਹੈ ਬਾਬੇ ਫਰੀਦ ਦੀ ਧਰਤੀ ਹਰਜੀਤ ਬਰਾੜ ਦੀ ਧਰਤੀ ਹੈ ਇਸ ਦੁਨੀਆ ਤੇ ਰੋਜ਼ ਨਹੀਂ ਆਉਣਾ ਦਿਲੂ ਇਸ ਮਜਾਲਾ ਲੱਖਾਂ ਵਿੱਚੋਂ ਇੱਕ ਬਣਦਾ ਏ ਬਾਜੇ ਖਾਨੇ ਵਾਲਾ ਧਰਮਿੰਦਰ ਡੱਗੋਰ ਮਾਣੀ ਪਿੰਡ ਦਾ ਬਹੁਤ ਤਕੜਾ ਪੁਆਇੰਟ ਫਲੂਰ ਦੀ ਜੋੜਦਾ ਹੈ ਅਗਲੇ ਮੈਚ ਦੀਆਂ ਟੀਮਾਂ ਪੜਾਣਾ ਤੇ ਸਾਫੂ ਵਾਲਾ ਉਸ ਤੋਂ ਬਾਅਦ ਹਰਗੋਬਿੰਦ ਕਲੱਬ ਕਲਕਲਾ ਤੇ ਮੇਜਰ ਸਰ ਕਲੱਬ ਮਹਿਲਾ ਇਹ ਵੀ ਟੀਮਾਂ ਤਿਆਰ ਹਨ ਉਧਰ ਕੀਤਾ ਭਲੂਰ ਦੀ ਧਰਤੀ ਦਾ ਮੇਲ ਵੀ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਹੋਇਆ ਬੜਾ ਕਹਿਮ ਜਾਫੀ ਹੈ ਪਰ ਵੇਖੋ ਸਾਹਮਣੇ ਨੌਜਵਾਨ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਨੌਜਵਾਨ ਅਰਸ਼ੂ ਮੇਰੇ ਵੀਰੋ ਭਲੂਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਕਬੱਡੀ 70 ਕਿਲੋ ਦੇ ਵਿੱਚੋਂ ਇਸ ਸਾਲ ਬਹੁਤ ਜ਼ਿਆਦਾ ਪਲੇਅਰ ਨੇ ਕਬੱਡੀ ਓਪਨ ਖੇਡਣ ਲੱਗ ਗਏ ਨੇ ਔਰ ਇਹ ਵੀ ਖਿਡਾਰੀ ਓਪਨ ਦੇ ਵਿੱਚ ਆਇਆ ਤੇ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਰਸ਼ੂ ਭਲੂਰ ਪਿੰਡ ਦਾ ਗੱਭਰੂ ਹੈ ਚਾਰ ਜਾਫੀ ਤਿਆਰ ਨੇ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਮੋਹਣੇ ਆਉਂਦੇ ਜਦੋਂ ਵਿੱਚ ਮੈਦਾਨਾਂ ਦੇ ਦੇਖਣ ਵਾਲੇ ਉਹਦੇ ਦੋਸਤੋ ਜੋਰ ਜਵਾਨਾਂ ਦੇ ਬਾਕੀ ਕਬੱਡੀ ਵਾਲਿਆਂ ਦੇ ਜੋਰ ਦੇਖਣ ਯੋਗ ਹੈ ਇੱਕ ਇੱਕ ਜੱਫਾ ਇੱਕ ਇੱਕ ਕਬੱਡੀ ਦੇਖਣ ਯੋਗ ਹੈ ਅਗਲੇ ਮੈਚ ਲਈ ਗੁਰਚਰਨ ਸਿੰਘ ਦੀ ਸੁਨੇਰ ਉਹ ਵੀ ਤਿਆਰ ਰਹਿਣਗੇ ਔਰ ਭੜਾਣਾ ਤੇ ਸਾਫੂ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾਵੇਗਾ ਪ੍ਰਧਾਨ ਰਾਮ ਸਿੰਘ ਜੀ ਦਾ ਮਾਸਟਰ ਦਵਿੰਦਰ ਸਿੰਘ ਜੀ ਭੇਕਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਫੜਿਆ ਬੋਲ ਛੜਾਇਆ ਬੋਲ ਵੱਜੀ ਕਿੱਕੀ ਨੌਜਵਾਨ ਗੱਭਰੂ ਦੇ ਪੁਆਇੰਟ ਆਪਣੀ ਟੀਮ ਲਈ ਸੋਨੇ ਸੁਨੇਹਾ ਵਾਲੇ ਨੇ ਜੋੜ ਦਿੱਤਾ ਹੈ ਧਰਮਿੰਦਰ ਡੱਗੋਰ ਮਾਣੀ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੇਰੇ ਵੀਰ ਵਾਧਾ ਹੋਇਆ ਕਿ ਪੀ ਕੇ ਦੁੱਧ ਤੋਂ ਮਲਾਈਆਂ ਜਾਰੋ ਚੱਟਦੇ ਖੇਡ ਖੇਡ ਕੇ ਕਬੱਡੀ ਬਾਬਾ ਖੱਟਦੇ ਸਾਡੀ ਕੌਮ ਦਾ ਇਹ ਸਰਮਾਇਆ ਤੇ ਪੰਜਾਬ ਦੀ ਇਹ ਸ਼ਾਨ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੂਮਾਣ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੂਮਾਣ ਮਿੱਤਰੋ ਬਾਕੀ ਪੰਜਾਬ ਦੀ ਧਰਤੀ ਨੂੰ ਮਾਣ ਹੈ ਇਹਨਾਂ ਕਬੱਡੀ ਖਿਡਾਰੀਆਂ ਹਰਗੋਬਿੰਦ ਕਲੱਬ ਕਲਕਲਾ ਤੇ ਮੇਜਰ ਸਰ ਬਾਲਾ ਇਹ ਟੀਮਾਂ ਜਿਹੜੀਆਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਉਧਰ ਕਹਿੰਦੇ ਅੰਬੂ ਘੱਲਾ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ 7/7/1997 ਦਾ ਵਰਥ ਹੈ ਇਸ ਨੌਜਵਾਨ ਗੱਭਰੂ ਦਾ ਛੋਟੀ ਉਮਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਇੱਕ ਮਸ਼ਹੂਰ ਖਿਡਾਰੀ ਬਣ ਗਿਆ ਹੈ ਅੰਬੂ ਘੱਲਾ ਦਾ ਅਮਨਦੀਪ ਸਿੰਘ ਨਾਮ ਹੈ ਔਰ ਇੱਕ ਦਿਨ ਅੰਬੂ ਇਸ ਖਿਡਾਰੀ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕੀਤੀ ਹੈ ਅਰਸ਼ੂ ਘਲੂਰ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚੋਂ ਵੇਖਦਾ ਵੀ ਕੌਣ ਫੁੱਟ ਫੜਦਾ ਕੌਣ ਲੱਤੀ ਲੱਗਦਾ ਕੌਣ ਪੂਰੇ ਹੋ ਕੇ ਕਰਾਟ ਟਾਈਮ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਕਿ ਆਉਂਦਾ ਇਹ ਸਵਾਦ ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰਦੇ ਨੇ ਤਾੜੀਆਂ
ਜਦੋਂ ਕੋਈ ਪਾਉਂਦਾ ਧਾਵੀ ਰੇਟ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡ ਪੰਜਾਬੀਆਂ ਦੀ ਮਾਂ ਇਹ ਗੱਲ 16 ਦੇ ਸੱਚ ਮਿੱਤਰੋ ਮੈਚ ਸਮਾਪਤ ਹੈ ਬਾਬਾ ਰੁਖੜਦਾਸ ਕਲਾ ਭਲੂਰ ਦੀ ਟੀਮ ਜੇਤੂ ਹੈ ਗੁਰਚਰਨ ਸਿੰਘ ਦੀ ਸੁਨੇਹਰ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣਗੇ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਪੜਾਣਾ ਤੇ ਸਾਫੂ ਵਾਲਾ ਇਹ ਟੀਮਾਂ ਤਿਆਰ ਹੈਲੋ ਅਗਲੀਆਂ ਸਵਾਵਾਂ ਵਾਸਤੇ ਕਮੈਂਟਰੀ ਕਰਨ ਵਾਸਤੇ ਪਹੁੰਚ ਗਏ ਨੇ ਗਰਾਊਂਡ 'ਚ ਗੁਰਚਰਨ ਸਿੰਘ ਸੁਨੇਹਰ ਨਾਲ ਹੀ ਅਸੀਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਸਨਮਾਨਤਾਂ ਦੀ ਰਾਸ਼ਨ ਫਿਰ ਸ਼ੁਰੂ ਕਰਨ ਲੱਗੇ ਹਾਂ ਤੇ ਗੁਰਚਰਨ ਸਿੰਘ ਸੁਨੇਹਰ ਨੂੰ ਬੇਨਤੀ ਆ ਕਿ ਦੋ ਤਿੰਨਾਂ ਟੀਮਾਂ ਦੇ ਨਾਂ ਲੌਕ ਕਰ ਦਿੱਤੇ ਜਾਣ ਉਸ ਤੋਂ ਬਾਅਦ 10 ਮਿੰਟ ਅਸੀਂ ਟਾਈਮ ਲੈਣਾ ਇਸ ਤੋਂ ਅਗਲੇ ਜਿਹੜੇ ਮੈਚ ਖੇਡੇ ਜਾਣਗੇ ਹਰਗੋਬਿੰਦ ਕਲੱਬ ਘੱਲ ਕਲਾਂ ਪਰਸ ਮੇਜਰ ਸਰ ਮਹਿਲਾ ਦੀ ਟੀਮ ਨੂੰ ਬੇਨਤੀ ਆ ਅਗਲੇ ਮੁਕਾਬਲੇ ਦੇ ਲਈ ਤਿਆਰ ਰਹਿਣ ਸਮਾਂ ਜਿਹੜਾ ਮਾਸਟਰ ਦਵਿੰਦਰ ਸਿੰਘ ਜੀ ਖੇਡ ਮੈਦਾਨ ਦੇ ਵਿੱਚ ਬਹੁਤ ਹੀ ਵਧੀਆ ਮੈਚ ਖੇਡੇ ਜਾ ਰਹੇ ਇੱਕ ਪਾਸੇ ਜ਼ਿਲ੍ਹੇ ਫਿਰੋਜ਼ਪੁਰ ਦੀ ਟੀਮ ਹੈ ਔਰ ਦੂਸਰੇ ਪਾਸੇ ਜ਼ਿਲ੍ਹੇ ਮੋਗੇ ਦੀ ਟੀਮ ਸਾਫੂ ਵਾਲਾ ਪਿੰਡ ਤੇ ਪੜਾਣੇ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਅਵਤਾਰ ਬਰਾੜ ਜੀ ਹੌਂਗਕੌਂਗ ਵਾਲੇ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਨੇ ਜੁਗਰਾਜ ਸਿੰਘ ਜੀ ਮਹਿਲਾ ਸਾਹਿਬ ਲਓ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣਾ ਜਾ ਰਿਹਾ ਇੱਕ ਮੈਚ ਬਾਕੀ ਆ ਰਾਮ ਸਿੰਘ ਜੀ ਮੇਰੇ ਕੋਲੇ ਅਗਲੀ ਲਿਸਟ ਜਿਹੜੀ ਤੁਸੀਂ ਭੇਜਣੀ ਹੈ ਕਿ ਮੈਚ ਕਿਹਦਾ ਕਿਹਦੇ ਨਾਲ ਹੋਣਾ ਸਾਫੂ ਵਾਲਾ ਪਿੰਡ ਬਿਲਕੁਲ ਆਪਾਂ ਦੇਖਦੇ ਵੀ ਪਿੰਡ ਵਾਲੇ ਪਾਸੇ ਟੀਮ ਹੋ ਗਈ ਖੇਡ ਮੈਦਾਨ ਦੇ ਵਿੱਚ ਔਰ ਦੂਸਰੇ ਪਾਸੇ ਆਪਾਂ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਪੜਾਣੇ ਦੀ ਟੀਮ ਚਾਰ ਜਾਫੀ ਦੇ ਹੁਣ ਦੇਖਣਾ ਖੇਡ ਮੈਦਾਨ ਦੇ ਵਿੱਚ ਡਿਗਲ ਵੱਜਿਆ ਕੋਚ ਦਾ ਹੁੱਕ ਹੋਇਆ ਹਾਂਜੀ ਹੈਲੋ ਭਵਿੰਦਰ ਸਿੰਘ ਸੈਕਟਰੀ ਪਿੰਡ ਝੰਡਿਆਣੇ ਤੋਂ ਉਹਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਭਵਿੰਦਰ ਸਿੰਘ ਸੈਕਟਰੀ ਝੰਡਿਆਣੇ ਤੋਂ ਇਹ ਦਾਨੀ ਸੱਜਣ ਵੱਲੋਂ 1000 ਰੁਪਇਆ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ ਆਇਆ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਨਾਲ ਹੀ ਰਤਨ ਸਿੰਘ ਟੈਂਟ ਹਾਊਸ ਢੋਲੀ ਭਾਈ ਜੋ ਹਰੇਕ ਸਾਲ ਸਾਨੂੰ ਫ੍ਰੀ ਸੇਵਾ ਕਰਦਾ ਟੈਂਟ ਦੀ ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰੇ ਇੱਥੇ ਅਗਲੇ ਮੁਕਾਬਲੇ ਦੀਆਂ ਟੀਮਾਂ ਬਿਲਕੁਲ ਵੇਟਿੰਗ ਰੂਮ ਦੇ ਵਿੱਚ ਨੇ ਲਓ ਖੇਡ ਮੈਦਾਨ ਸਟੂਡੀਓ ਨੂੰ ਬੇਨਤੀ ਆ ਕੇ ਸਟੇਜ ਦੇ ਮੂਹਰੇ ਪਹੁੰਚਣ ਦੀ ਕਿਰਪਾਲਤਾ ਕਰੇ ਗਗਨ ਸਟੂਡੀਓ ਪਾਈ ਹੋਈ ਕਬੱਡੀ ਕੇ ਪਾਸੇ ਪੜਾਣੇ ਦਾ ਸ਼ੀਰਾ ਵੀ ਦੋ ਹੱਥ ਕਰਨ ਦੇ ਲਈ ਪੂਰਾ ਤਿਆਰ ਹੈ
ਗੁਰਜੀਤ ਲੰਗੇ ਵਾਲੇ ਦਾ ਜਸਵੀਰ ਫੌਜੀ ਭੈਣੀ ਪਿੰਡ ਵਾਲਾ ਤੇ ਬੂਟਾ ਸਿੰਘ ਕੋਚ ਜੀਤਾ ਕੀਤਿਆਂ ਵਾਲਾ ਮਿਲ ਕੇ ਫੈਸਲੇ ਕਰਦੇ ਨੇ ਗਗਨ ਗੋਗੋ ਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਇਸ ਰਾਜਵੰਦ ਦਾ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ ਇੱਕ ਪਾਸੇ ਮੰਗਲ ਘੱਲ ਕਲਾਂ ਵਾਲਾ ਔਰ ਦੂਸਰੇ ਪਾਸੇ ਦੇਖਣਾ ਵੀ ਸਾਫੋ ਵਾਲੀ ਅੱਡੇ ਤੇ ਵੀ ਗੇਜਾ ਕਬੱਡੀ ਦੇ ਨਾਲ ਜੁੜਦਾ ਜੁੜਦਾ ਕੈਨੇਡਾ ਜਾ ਵਸਿਆ ਗਗਨ ਸਟੂਡੀਓ ਰਤਨ ਸਿੰਘ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਕਮੇਟੀ ਮੈਂਬਰ ਇਹਨਾਂ ਵੱਲੋਂ ਹਰੇਕ ਸਾਲ ਟੈਂਟ ਦੀ ਫ੍ਰੀ ਸੇਵਾ ਹੁੰਦੀ ਆ ਉਹਨੂੰ ਸਨਮਾਨਿਤ ਕਰ ਰਹੇ ਨੇ ਉਹਨਾਂ ਨੂੰ ਸਾਡੇ ਕਮੇਟੀ ਮੈਂਬਰ ਜਸਪਾਲ ਸਿੰਘ ਸੋਨੀ ਲਖਵੀਰ ਸਿੰਘ ਸੋਨੀ ਗੁਰਨੈਲ ਸਿੰਘ ਕਸ਼ਮੀਰ ਸਿੰਘ ਰਾਮ ਸਿੰਘ ਕਲਾ ਪ੍ਰਧਾਨ ਨਾਲ ਹੀ ਅਸੀਂ ਭਵਿੰਦਰ ਸਿੰਘ ਸੈਕਟਰੀ ਪਿੰਡ ਝੰਡਿਆਣੇ ਤੋਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣਾ ਸਨਮਾਨਿਤ ਚਿੰਨ ਪ੍ਰਾਪਤ ਕਰ ਲੈਣ ਭਵਿੰਦਰ ਸਿੰਘ ਸੈਕਟਰੀ ਝੰਡਿਆਣੇ ਤੋਂ ਜਿਨ੍ਹਾਂ ਜਿਨ੍ਹਾਂ ਸੱਜਣਾਂ ਤੇ ਸਰਪ੍ਰਭਜੀਤ ਸਿੰਘ ਜੀ ਨਾਮ ਅਨਾਊਂਸ ਕਰ ਰਹੇ ਨੇ ਉਹਨਾਂ ਸੱਜਣਾਂ ਨੂੰ ਬੇਨਤੀ ਹੈ ਆਪਣੇ ਬਣਦੇ ਹੋਏ ਸਨਮਾਨ ਤੇ ਲੈ ਲੈਣ ਅਗਲਾ ਮੈਚ ਹਰਗੋਬਿੰਦ ਦੇ ਕਲੱਬ ਢੱਲ ਕਲਾਂ ਵਰਸ ਮੇਜਰਸਰ ਪਹਿਲਾਂ ਦੇ ਵਿੱਚ ਖੇਡਿਆ ਜਾਣਾ ਇਹ ਵੀ ਟੀਮਾਂ ਬਿਲਕੁਲ ਵੇਟਿੰਗ ਰੂਮ ਦੇ ਵਿੱਚ ਤਿਆਰ ਰਹਿਣ ਨਾਲ ਮਾਸਟਰ ਜਿੰਦਰ ਸਿੰਘ ਜੀ ਨੂੰ ਬੇਨਤੀ ਕਰਾਂਗੇ ਦੂਸਰੇ ਰਾਊਂਡ ਦੇ ਮੈਚਾਂ ਦੀ ਲਿਸਟ ਜਿਹੜੀ ਹੈ ਉਹ ਖੇਡ ਮੈਦਾਨ ਦੇ ਵਿੱਚ ਲੈ ਕੇ ਪੁੱਜਣਗੇ ਲਓ ਸਾਹਮਣੇ ਸੁੱਖਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਸੋਹਣੀ ਖੇਡ ਕਰਦਾ ਹੋਇਆ ਪਹਿਲਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੁਖਰਾ ਵਰਸੇ ਰਾਹੂਵਾਲ ਦੇ ਵਿੱਚ ਹੋਵੇਗਾ ਇਹ ਟੀਮਾਂ ਜਲਦੀ ਤੋਂ ਜਲਦੀ ਦੂਸਰੇ ਰਾਊਂਡ ਦਾ ਪਹਿਲਾ ਮੁਕਾਬਲਾ ਖੇਡਣ ਦੇ ਲਈ ਬੇਟਿੰਗ ਰੂਮ ਦੇ ਲਾਗੇ ਆ ਜਾਣ ਖੁਖਰਾਣਾ ਵਰਸੇ ਰਾਹੂਵਾਲ ਡੇਬਰੋ ਖੁਰਦ ਬਾਬਾ ਦੇਸਰਾਜ ਵਰਸ ਵਕੀਲਾਂ ਵਾਲਾ ਇਹਨਾਂ ਟੀਮਾਂ ਨੂੰ ਬੇਨਤੀ ਦੂਸਰੇ ਮੈਚ ਦੇ ਲਈ ਤਿਆਰੀ ਖਿੱਚ ਲੈਣ ਤੀਸਰਾ ਮੈਚ ਹੋਵੇਗਾ ਦੱਦਾ ਹੋਰ ਵਰਸ ਦੌਦਰ ਦੀ ਡਾਂਗ ਖੜਕਣੀ ਹੈ ਇਹ ਵੀ ਟੀਮ ਆਪਣੀ ਤਿਆਰੀ ਕਰ ਲੈਣ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆਉਣ ਦੇ ਲਈ ਸੁਖ ਭਾਲੀ ਉਹਨੂੰ ਬੇਨਤੀ ਆ ਗਈ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਸੁਖ ਭਾਲੀ ਸਾਡੀ ਟੂਰਨਾਮੈਂਟ ਕਮੇਟੀ ਵਾਲੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਅਸੀਂ ਇਹਨਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਹੀ ਸਵਰਗਵਾਸੀ ਹਰਦੇਵ ਸਿੰਘ USA ਉਹਨਾਂ ਦਾ ਭਾਣਜਾ ਟਾਟਾ ਜਗਰਾਵੋ ਉਹਨੂੰ ਵੀ ਬੇਨਤੀ ਆ ਗਈ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਸਨਮਾਨ ਚਿੰਨ ਆਪਣਾ ਪ੍ਰਾਪਤ ਕਰ ਲਵੇ ਸੁਖ ਭਾਲੀ ਨੂੰ ਸਨਮਾਨਿਤ ਕਰ ਰਹੇ ਨੇ ਸਾਡਾ ਟੂਰਨਾਮੈਂਟ ਕਮੇਟੀ ਦੇ ਰਾਮ ਸਿੰਘ ਪ੍ਰਧਾਨ ਦਵਿੰਦਰ ਮਾਸਟਰ ਸਿੰਘ ਦਵਿੰਦਰ ਮਾਸਟਰ ਕਾਲਾ ਸਿੰਘ ਲਕਸ਼ਮੀਰ ਸਿੰਘ ਨਾਲ ਹੀ ਬੇਨਤੀ ਕਰਦੇ ਅਸੀਂ ਹਰਨੇਕ ਸਿੰਘ ਸਰਵਾਸੀ ਹਰਨੇਕ ਸਿੰਘ USA ਵਾਲਾ ਦਾ ਭਾਣਜਾ ਟਾਟਾ ਜਗਰਾਵੋ ਜਿਨ੍ਹਾਂ ਨੂੰ 1000 ਰੁਪਇਆ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ ਆਇਆ ਅਸੀਂ ਇਹਨਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਪਹਿਲੇ ਮੁਕਾਬਲੇ ਦੇ ਵਿੱਚ ਸਾਫੂ ਵਾਲੇ ਦੀ ਟੀਮ ਜੇਤੂ ਰਹੀ ਖੇਡ ਮੈਦਾਨ ਦੇ ਵਿੱਚ ਸ਼੍ਰੀ ਹਰਗੋਬਿੰਦ ਦੇ ਕਲੱਬ ਘੱਲ ਕਲਾਂ ਜਗਰਾਜ ਸਿੰਘ ਮਾਲਾ ਕੈਨੇਡਾ ਤੋਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਕਮੇਟੀ ਮੈਂਬਰ ਕਾਕਾ ਜਗਰਾਓ ਹਰਨੇਕ ਸਿੰਘ USA ਉਹਨਾਂ ਦਾ ਭਾਣਜਾ ਕਾਕਾ ਜਗਰਾਓ ਜਗਰਾਜ ਸਿੰਘ ਮਾਲਾ ਉਹਨਾਂ ਨੂੰ ਬੇਨਤੀ ਆ ਗਈ ਉਹ ਵੀ ਆਪਣਾ ਸਨਮਾਨ ਚਿੰਨ ਪ੍ਰਾਪਤ ਕਰ ਲੈਣ ਜਗਰਾਜ ਸਿੰਘ ਮਾਲਾ ਖੇਡ ਕੋਟ ਸੁਖ ਘਾਲੀ ਜੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨੇ
ਉੱਥੇ ਹਰਜਿੰਦਰ ਸਿੰਘ ਮਾਲਾ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਸਾਡੇ ਕਮੇਟੀ ਮੈਂਬਰ ਮਾਸਟਰ ਦਵਿੰਦਰ ਸਿੰਘ, ਰਾਮ ਸਿੰਘ ਪ੍ਰਧਾਨ, ਕਸ਼ਮੀਰ ਸਿੰਘ, ਚੰਦ ਸਿੰਘ, ਗੁਰਨੈਣ ਸਿੰਘ ਮਿੱਠੂ, ਇਹ ਸਾਰੇ ਸਾਡੇ ਕਮੇਟੀ ਮੈਂਬਰ ਦਾਨੀ ਸੱਜਣਾ ਦਾ ਸਨਮਾਨ ਮਾਨ ਕਰ ਰਹੇ ਨੇ। ਅਸੀਂ ਇਹਨਾਂ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੋ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਵੀ ਸਾਡੇ ਕੋਲੇ ਪਹੁੰਚਦੇ ਆ ਅਤੇ ਮਾਇਆ ਕਰਕੇ ਵੀ ਸਾਨੂੰ ਦਿੰਦੇ ਆ। ਖੁਖਰਾਣਾ ਵਰਸੇ ਰਾਹੂਵਾਲ ਦੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ। ਲਓ ਆਪਾਂ ਦੇਖਾਂਗੇ ਨਹਿਰ ਵਾਲੇ ਪਾਸੇ ਇਹ ਟੀਮ ਹੈ ਖੇਡ ਮੈਦਾਨ ਦੇ ਵਿੱਚ, ਸ੍ਰੀ ਹਰਗੋਬਿੰਦ ਕਲੱਬ ਘੱਲ ਕਲਾਂ ਦੀ ਖੇਡ ਰਹੀ ਹੈ। ਪਿੰਡ ਵਾਲੇ ਪਾਸੇ ਰੇਂਜਰਸਰ ਮਹਿਲਾਂ ਦੀ ਟੀਮ ਹੈ ਤੇ ਨਾਲ ਹੀ ਅਗਲੇ ਮੁਕਾਬਲੇ ਦੀਆਂ ਟੀਮਾਂ ਖੁਖਰਾਣਾ ਤੇ ਰਾਹੂਵਾਲ। ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ। ਖੁਖਰਾਣਾ ਵਰਸੇ ਰਾਹੂਵਾਲ, ਡੇਬਰੋ ਖੁਰਦ ਵਰਸੇ ਵਕੀਲਾਂ ਵਾਲਾ, ਇਹ ਟੀਮਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਸਾਡਾ ਸਹਿਯੋਗ ਦੇ ਔਰ ਵੇਟਿੰਗ ਰੂਮ ਦੇ ਲਾਗੇ ਪਹੁੰਚਣ। ਪਰਮਜੀਤ ਸਿੰਘ ਜੀ, ਹੈਲੋ, ਅਸੀਂ ਜਿਨ੍ਹਾਂ ਦਾਨੀ ਸੱਜਣਾਂ ਨੇ ਸਾਨੂੰ 11,000 ਰੁਪਇਆ ਜਾਂ 8,000 ਰੁਪਇਆ ਦਿੱਤਾ ਉਹਨਾਂ ਦਾਨੀ ਸੱਜਣਾਂ ਦੇ ਨਾਮ ਬੋਲਣ ਲੱਗੇ ਹਾਂ। ਅਸੀਂ ਉਹਨਾਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਜੋ ਆਪਦਾ ਸਨਮਾਨ ਮਾਨ ਬਣਦਾ ਉਹ ਸਾਡੇ ਕੋਲੋਂ ਪ੍ਰਾਪਤ ਕਰ ਲੈਣ। ਸਭ ਤੋਂ ਪਹਿਲਾਂ ਜਸਵਿੰਦਰ ਸਿੰਘ ਬੱਬੂ ਕੇਰ ਸਿੰਘ ਦਾ ਲੜਕਾ, ਇਹਨਾਂ ਵੱਲੋਂ 11,000 ਰੁਪਇਆ ਸਾਡੀ ਟੂਰਨਾਮੈਂਟ ਵਾਸਤੇ ਆਇਆ। ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਦੂਸਰਾ ਪਰਮਜੀਤ ਸਿੰਘ ਪੰਮਾ ਅਤੇ ਜੱਗਾ ਕੈਨੇਡਾ ਮੇਰ ਸਿੰਘ ਦੇ ਲੜਕੇ, ਇਹਨਾਂ ਵੱਲੋਂ ਵੀ ਮੇਰ ਸਿੰਘ ਕੈਨੇਡਾ, ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ ਕਲੱਬ ਦਾ ਪਹਿਲਾ ਨਾਮ 31,000 ਰੁਪਇਆ ਦਿੱਤਾ ਜਾਣਾ। ਅਸੀਂ ਇਹਨਾਂ ਤਿੰਨਾਂ ਦਾਨੀ ਸੱਜਣਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਜੋ ਵੀ ਸਨਮਾਨ ਬਣਦਾ ਉਹਦਾ ਪ੍ਰਾਪਤ ਕਰ ਲੈਣ। ਨਾਲ ਹੀ ਅਸੀਂ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ। ਰਕੇਸ਼ ਸਿੰਘ ਬਲਾਕ ਸੰਸਥੀ ਮੈਂਬਰ, ਕਰਚਰਨ ਸਿੰਘ, ਗੁਰਬਚਨ ਸਿੰਘ, ਰਾਮ ਸਿੰਘ ਦੇ ਭਾਈ, ਇਹਨਾਂ ਨੂੰ ਵੀ ਬੇਨਤੀ ਆ। ਅਗਲੇ ਮੁਕਾਬਲੇ ਦੇ ਲਈ ਖੁਖਰਾਣਾ ਤੇ ਰਾਹੂਵਾਲ ਦੀਆਂ ਟੀਮਾਂ ਕਿੱਥੇ ਨੇ, ਜਲਦੀ ਤੋਂ ਜਲਦੀ ਖੇਡ ਮੈਦਾਨ ਤੇ ਪਹੁੰਚਣ। ਅਗਲਾ ਮੈਚ ਇਹਨਾਂ ਦੇ ਵਿੱਚ ਖੇਡਿਆ ਜਾਣਾ ਇੱਕ ਪਾਸੇ, ਆ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੋਇਆ ਔਰ ਬੱਚੀ ਨੌਜਵਾਨ ਸੋਹਣੀ ਖੇਡ ਕਰਦਾ ਖੇਡ ਮੈਦਾਨ ਦੇ ਵਿੱਚ। ਖੁਖਰਾਣੇ ਦੀ ਟੀਮ ਨੂੰ ਬੇਨਤੀ ਹੈ ਰਾਹੂਵਾਲ ਦੇ ਨਾਲ ਮੈਚ ਬਿਲਕੁਲ ਗਰਾਊਂਡ ਖਾਲੀ ਹੋਣ ਜਾ ਰਿਹਾ, ਗਰਾਊਂਡ ਦੇ ਵਿੱਚ ਆਉਣ ਦੋਹੇ ਟੀਮਾਂ ਜਲਦੀ ਤੋਂ ਜਲਦੀ। ਹਾਂਜੀ, ਚੰਦ ਸਿੰਘ USA ਅਤੇ ਜੀਤਾ ਕੈਨੇਡਾ, ਇਹਨਾਂ ਨੂੰ ਬੇਨਤੀ ਆ ਕੇ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਚੰਦ ਸਿੰਘ USA, ਜੀਤਾ ਕੈਨੇਡਾ, ਨਾਲ ਹੀ ਜਗਸੀਰ ਸਿੰਘ ਚਹਿਲ, ਉਹਨਾਂ ਦੇ ਲੜਕਾ ਗੁਰਪ੍ਰੀਤ ਕੈਨੇਡਾ ਵੱਲੋਂ 7,000 ਰੁਪਇਆ ਆਇਆ, 7,000 ਰੁਪਇਆ ਆਇਆ, ਉਹਨਾਂ ਨੂੰ ਬੇਨਤੀ ਕਰਦੇ ਹਾਂ। ਜਸਵੀਰ ਸਿੰਘ ਚਹਿਲ, ਉਹ ਵੀ ਇੱਥੇ ਆਵਾਜ਼ ਸੁਣਦੇ ਤਾਂ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਜਸਵੀਰ ਸਿੰਘ ਚਹਿਲ, ਜਸਵੰਤ ਸਿੰਘ ਗਿਆਨੀ ਨੂੰ ਬੇਨਤੀ ਕਰਦੇ ਹਾਂ ਕਿ ਰਘਵੀਰ ਸਿੰਘ ਦਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣ। ਜਸਵੰਤ ਸਿੰਘ ਖਾਲਸਾ,
ਰਘਵੀਰ ਸਿੰਘ ਛਿੰਦਾ ਉਹਨਾਂ ਵੱਲੋਂ 8000 ਰੁਪਇਆ ਆਇਆ, ਉਹਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਦਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣਗੇ। ਜਸਵੰਤ ਸਿੰਘ ਖਾਲਸਾ ਖੁਖਰਾਣਾ ਤੇ ਰਾਉਵਾਲ ਦੀਆਂ ਦੋਹਾਂ ਟੀਮਾਂ ਨੂੰ ਆਖਰੀ ਕਾਲ ਕੀਤੀ ਜਾ ਰਹੀ ਹੈ। ਸ਼੍ਰੀ ਹਰਗੋਬਿੰਦ ਕਲੱਬ ਢਲਕਲਾਂ ਦੀ ਟੀਮ ਜਿੱਤੂ ਆ ਜੀ, ਠੀਕ ਆ ਜੀ, ਇਹਨੂੰ 22 ਦਿੱਤੀ ਗਈ ਹੈ ਖੇਡ ਮੈਦਾਨ ਦੇ ਵਿੱਚ ਲੋਡ ਕਰ ਲੈਣ। ਪਹਿਲਾ ਮੁਕਾਬਲਾ ਖੁਖਰਾਣਾ ਵਰਸੇ ਰਾਉਵਾਲ ਮੱਛੇ ਦੇ ਦੋਹੇ ਟੀਮਾਂ, ਦੂਸਰਾ ਮੈਚ ਡੇਬਰੂ ਖੁਰਦ ਵਰਸੇ ਵਕੀਲਾਂ ਵਾਲਾ। ਜਗਜੀਤ ਸਿੰਘ ਸਰਪੰਚ, ਸਾਬਕਾ ਸਰਪੰਚ ਜਗਜੀਤ ਸਿੰਘ ਇਸ ਪਰਿਵਾਰ ਵੱਲੋਂ ਵੀ 11000 ਰੁਪਇਆ ਆਇਆ, ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਨਮਾਨ ਲੈ ਲੈਣ, ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆਉਣ। ਤੀਸਰੇ ਮੁਕਾਬਲੇ ਦੇ ਲਈ ਦੌਦਰ ਵਰਸੇ ਸਿੱਧਾ ਹੋਰ, ਚੌਥੇ ਮੁਕਾਬਲੇ ਦੇ ਲਈ ਤਲਵੰਡੀ ਭਾਈ ਤੇ ਭੇਖੇ ਦੀ ਡਾਂਗ ਖੜਕਣੀ ਹੈ। ਪੰਜਵਾਂ ਮੈਚ ਚੱਲੇਗਾ ਖੋਸਰ ਪੇਕੇ ਵਰਸੇ ਮਾਲਾ ਖੁਰਦ ਰਿਸ਼ੀ ਕਲੱਬ। ਛੇਵਾਂ ਮੈਚ ਚੱਲੇਗਾ ਡੋਲੀ ਭਾਈ ਏ ਵਰਸੇ ਮਾਲਾ ਕਲਾ। ਸੱਤਵਾਂ ਮੈਚ ਛੂਛਕ ਵਰਸੇ ਮਾਲਾ ਖੁਰਦ। ਅੱਠਵਾਂ ਮੈਚ ਮਾਣੂਗੇ ਗਿੱਲ ਵੀ ਤੇ ਭਰੂਰ। ਨੌਵਾਂ ਮੈਚ ਚੱਲੇਗਾ ਰੱਜੀ ਵਾਲਾ ਤੇ ਸਾਫੂ ਵਾਲਾ। ਦਸਵਾਂ ਮੈਚ ਧੂੜਕੋਟ ਰਿਸ਼ੀਕੇ ਵਰਸੇ ਮਾਣੂਗੇ ਗਿੱਲ ਏ। ਇਹ ਸਾਰੀਆਂ ਟੀਮਾਂ ਜਲਦੀ ਤੋਂ ਜਲਦੀ ਸਾਡੇ ਲਾਗੇ ਆ ਜਾਣ। ਸਰਪੰਚ ਨੂੰ ਸਾਡੇ ਕਮੇਟੀ ਮੈਂਬਰ ਸਨਮਾਨਿਤ ਕਰ ਰਹੇ ਨੇ, ਨਾਲ ਹੀ ਸ਼ੀਰ ਸਿੰਘ ਚਹਿਲ ਉਹਨਾਂ ਨੂੰ ਬੇਨਤੀ ਆ ਵੀ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਜਗਸੀਰ ਸਿੰਘ ਚਹਿਲ ਨਾਲ ਹੀ ਜਲਦੀ ਤੋਂ ਜਲਦੀ ਆਓ ਜੀ। ਕਿਹੜੀ ਟੀਮ ਆ ਗਈ ਗਰਾਊਂਡ ਦੇ ਵਿੱਚ? ਇੱਕ ਮਿੰਟ ਆ ਸਿਰਫ, ਇੱਕ ਮਿੰਟ ਆ ਸਿਰਫ ਦੋਹਾਂ ਟੀਮਾਂ ਦੇ ਲਈ। ਦੋਹੇ ਟੀਮਾਂ ਸਗਰਾਏ ਤੋੜ ਗਿਆ। ਖਖਰਾਣਾ ਕਿੱਥੇ ਰਹੇ? ਕੁਲਵਿੰਦਰ ਗਿਆਨੀ ਜਗਸੀਰ ਸਿੰਘ ਚਹਿਲ ਉਹਨਾਂ ਵੱਲੋਂ 7000 ਰੁਪਇਆ ਆਇਆ। ਗੁਰਪ੍ਰੀਤ ਕੈਨੇਡਾ ਉਹਨਾਂ ਦਾ ਲੜਕਾ, ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਰਹੇ ਨੇ ਸਾਡੇ ਕਮੇਟੀ ਮੈਂਬਰ। ਨਾਲ ਹੀ ਬੇਨਤੀ ਕਰਦੇ ਹਾਂ ਨਿਰਮਲ ਸਿੰਘ ਖਾਲਸਾ, ਨਿਰਮਲ ਸਿੰਘ ਖਾਲਸਾ ਉਹਨਾਂ ਦਾ ਕੋਈ ਵੀ ਪਰਿਵਾਰਕ ਮੈਂਬਰ ਇੱਥੇ ਹੈਗਾ ਤਾਂ ਸਾਡੇ ਕੋਲੋਂ ਆ ਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰ ਲੈਣ। 11000 ਰੁਪਇਆ ਉਸ ਪਰਿਵਾਰ ਵੱਲੋਂ ਆਇਆ। ਨਾਲ ਹੀ ਅਜਮੇਰ ਸਿੰਘ ਕੈਨੇਡਾ, ਜਲਦੀ ਆ ਜਾਓ ਦੋਹੇ ਟੀਮਾਂ ਖੇਡ ਮੈਦਾਨ ਦੇ ਵਿੱਚ। ਖੁਖਰਾਣਾ ਵਰਸੇ ਰਾਉਵਾਲ ਦਾ ਮੈਚ ਦੂਸਰੇ ਰਾਊਂਡ ਦਾ ਪਹਿਲਾ ਖੇਡਿਆ ਜਾ ਰਿਹਾ। ਡੇਬਰੂ ਖੁਰਦ ਦੇ ਵਕੀਲਾਂ ਵਾਲੇ ਨੂੰ ਬੇਨਤੀ ਕਰਾਂਗੇ ਇਹ ਜਲਦੀ ਤੋਂ ਜਲਦੀ ਵੇਟਿੰਗ ਰੂਮ ਦੇ ਵਿੱਚ ਆ ਕੇ ਵੇਟ ਕਰਨ ਆਪਣੇ ਮੁਕਾਬਲੇ ਦੇ ਲਈ। ਦੌਦਰ ਵਰਸੇ ਸਿੱਧਾ ਹੋਰ ਦੀਆਂ ਟੀਮਾਂ ਜਲਦੀ ਤੋਂ ਜਲਦੀ ਆਪਣੀ ਤਿਆਰੀ ਖਿੱਚ ਲੈਣ ਤੀਸਰੇ ਮੈਚ ਦੇ ਲਈ, ਤੇ ਚੌਥਾ ਮੈਚ ਹੋਵੇਗਾ ਤਲਵੰਡੀ ਭਾਈ ਤੇ ਮੇਜ਼ਬਾਨ ਦੀ ਭੇਖਾ। ਇਹ ਸਾਡੇ ਲਾਗੇ ਰਹਿਣ ਸਾਰੀਆਂ ਟੀਮਾਂ। ਆਓ ਜੀ ਗੁਰਜੀਤ ਸਿੰਘ ਜੀ ਲੱਗੇ ਆੜਾ, ਔਰ ਫੌਜੀ ਸਾਡਾ ਵੀਰ ਇਹ ਵੀ ਖੇਡ ਮੈਦਾਨ ਦੇ ਵਿੱਚ ਆ ਜਾਣ ਸਾਡੇ ਆਫੀਸ਼ੀਅਲ ਨੇ। ਹੈਲੋ, ਨਿਰਮਲ ਸਿੰਘ ਖਾਲਸਾ, ਮੁਖਤਿਆਰ ਸਿੰਘ ਅਕਾਲੀ ਦਾ ਲੜਕਾ, ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਆਪਣਾ ਸਨਮਾਨ ਪ੍ਰਾਪਤ ਕਰ ਲੈਣ। ਨਿਰਮਲ ਸਿੰਘ ਖਾਲਸਾ ਨਾਲ ਹੀ ਬੇਨਤੀ ਕਰਦੇ ਅਸੀਂ ਜਸਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ ਅਤੇ ਜਮੇਰ ਕੈਨੇਡਾ ਇਹਨਾਂ ਤਿੰਨਾਂ ਪਰਿਵਾਰਾਂ ਵੱਲੋਂ 31000 ਰੁਪਇਆ ਕਲੱਬ ਦਾ ਪਹਿਲਾ ਇਨਾਮ ਦਿੱਤਾ ਜਾਣਾ ਹੈ। ਅਸੀਂ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਕਿ ਸਾਨੂੰ ਹਰੇਕ ਸਾਲ ਬਹੁਤ ਜ਼ਿਆਦਾ ਸਹਿਯੋਗ
ਲੈਂਦੇ ਹਾਂ ਉਪਰਾਲਾ ਕਰਨਾ ਬਹੁਤ ਔਖਾ ਹੁੰਦਾ ਇਸ ਕਰਕੇ ਅਸੀਂ ਹਰ ਇੱਕ ਦਾਨੀ ਸੱਜਣ ਦਾ ਧੰਨਵਾਦ ਕਰਦੇ ਹਾਂ ਕਿ ਜੋ ਸਾਨੂੰ ਜੋ ਵੀ ਕਿਸੇ ਦਾਨੀ ਸੱਜਣ ਨੂੰ ਅਸੀਂ ਸੇਵਾ ਲਾਉਂਦੇ ਹਾਂ ਸਾਡੀ ਸੇਵਾ ਸਿਰ ਮੱਥੇ ਪ੍ਰਵਾਨ ਕਰਕੇ ਸਾਨੂੰ ਮਾਇਆ ਭੇਜਦਾ। ਮੈਂ ਸ਼ੁਰੂ ਕਰਵਾ ਲਿਆ ਜੀ ਕਰਚਾਰਨ ਸਿੰਘ ਸਨੇਰ ਜੀ ਦੋ ਤਿੰਨਾਂ ਟੀਮਾਂ ਦੇ ਨਾਂ ਲੌਸ ਕਰ ਦਿਓ। ਬਿਲਕੁਲ ਜੀ ਅਸੀਂ ਰਾਜ ਦੀਆਂ ਟੀਮਾਂ ਨੂੰ ਬੁਲਾ ਰਹੇ ਹਾਂ ਟੀਮ ਨੂੰ ਖੁਰਦ ਵਰਸੇ ਵਕੀਲਾਂ ਵਾਲਾ ਦੌਦਰ ਤੇ ਦੱਦਾ ਹੋਰ ਤਲਵੰਡੀ ਭਾਈ ਤੇ ਭੇਖਾ ਇਹ ਟੀਮਾਂ ਜਲਦੀ ਤੋਂ ਜਲਦੀ ਆ ਜਾਣ। ਪਰਮਜੀਤ ਸਿੰਘ ਜੀ ਤੁਸੀਂ ਜਿਹੜੇ ਨਾਲ ਦੀ ਨਾਲ ਮਾਨ ਸਨਮਾਨ ਦੇਣੇ ਨੇ ਆਪਾਂ ਟੀਮਾਂ ਬੁਲਾ ਲਈਆਂ ਨੇ ਮੈਚ ਸ਼ੁਰੂ ਹੋਣ ਜਾ ਰਿਹਾ। ਠੀਕ ਹੈ ਜੀ ਬਿਲਕੁਲ ਟੂਰਨਾਮੈਂਟ ਕਮੇਟੀ ਨੇ ਪਹਿਲਾਂ ਵੀ ਬੋਲ ਦਿੱਤਾ ਕਿਸੇ ਵੀ ਖਿਡਾਰੀ ਦੇ ਕੋਈ ਵੀ ਚਕਨਾਈ ਵਾਲੀ ਚੀਜ਼ ਵੈਸਲੀਨ ਕਰੀਮ ਵਗੈਰਾ ਲੱਗੀ ਹੈ ਉਹ ਖਿਡਾਰੀ ਨੂੰ ਬਿਠਾ ਦਿੱਤਾ ਜਾਵੇਗਾ ਕਬੱਡੀ ਨਹੀਂ ਪਾ ਸਕੇਗਾ। ਸਾਰੀਆਂ ਟੀਮਾਂ ਨੋਟ ਕਰ ਲੈਣ ਲਓ ਰਾਉਵਾਲ ਜ਼ਿਲ੍ਹੇ ਲੁਧਿਆਣੇ ਦਾ ਪਿੰਡ ਹੈ ਤਹਿਸੀਲ ਜਗਰਾਓ ਬਿਲਕੁਲ ਸਿੱਧਵਾ ਵੇਦ ਦੇ ਲਾਗੇ ਵਸਿਆ ਪਿੰਡ ਰਾਉਵਾਲ ਹੈ। ਦੂਸਰੇ ਪਾਸੇ ਖੁਖਰਾਣਾ ਪਿੰਡ ਗੁਆਂਢੀ ਪਿੰਡ ਹੈ ਦੋਹਾਂ ਟੀਮਾਂ ਦੇ ਵਿੱਚ ਬੜਾ ਸੋਹਣਾ ਮੈਚ ਖੇਡਿਆ ਜਾ ਰਿਹਾ। ਖੁਖਰਾਣੇ ਦੀ ਟੀਮ ਪਿੰਡ ਵਾਲੇ ਪਾਸੇ ਹੋ ਗਈ ਮੇਰੇ ਵੀਰੋ ਨੋਟ ਕਰ ਲਓ ਬਿਗਲ ਵੱਜਿਆ ਕੋਚ ਦਾ ਹੁਕਮ ਹੋਇਆ ਚਾਡੇ ਪੁੱਤਰ ਸਰਦਾਰਾਂ ਦੇ ਸ਼ੈਲ ਵਾਂਗ ਜਿਵੇਂ ਬੇਲੇ ਚੋਂ ਨਿਕਲਦਾ ਸ਼ੇਰ ਮਿਲਿਆ ਤਾਂ ਖੇਡ ਮੈਦਾਨ ਦੇ ਵਿੱਚ ਮੈਚ ਸ਼ੁਰੂ ਹੋਣ ਜਾ ਰਿਹਾ। ਜਿਹੜੇ ਖਿਡਾਰੀ ਦੇ ਟਕਨਾਈ ਵਾਲੀ ਚੀਜ਼ ਲੱਗੀ ਮਾਸਟਰ ਜੀ ਉਸ ਖਿਡਾਰੀ ਨੂੰ ਰੇਟ ਨਹੀਂ ਪਾਉਣ ਦੇਣ ਜਾ ਰਹੇ। ਸਾਰੀਆਂ ਟੀਮਾਂ ਨੋਟ ਕਰ ਲੈਣ ਆਪਣੇ ਆਪੇ ਟੀ ਸ਼ਰਟਾਂ ਹਿੰਦਿਆਂ ਲਾ ਕੇ ਗਰਾਊਂਡ ਦੇ ਵਿੱਚ ਆਉਣਾ ਮੱਥਾ ਟੇਕ ਕੇ ਪਿੱਛੇ ਬਹਿ ਜਾਓ ਮੇਰੇ ਵੀਰ ਮਲਕ ਦੀ ਧਰਤੀ ਦਾ ਹੀ ਤਾਂ ਦੁਨੀਆਂ ਦੇ ਮਹਿੰਗੇ ਖਿਡਾਰੀਆਂ ਦੇ ਵਿੱਚ ਨਾਂ ਆਇਆ ਇਸ ਨੌਜਵਾਨ ਦਾ ਆ ਵੀ ਪਵਿੱਤਰਪਾਲ ਸਿੰਘ ਕਬੱਡੀ ਕਿਹਨੇ ਪਾਉਣੀ ਹੈ। ਖੇਡ ਮੈਦਾਨ ਦੇ ਵਿੱਚ ਬੜਾ ਸੋਹਣਾ ਮੁਕਾਬਲਾ ਸ਼ੁਰੂ ਹੋ ਜਾ ਰਿਹਾ ਆਓ ਦੇਖੀਏ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਬਾਬਾ ਉਜਾਗਰ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਕਰ ਦਿੱਤਾ ਅੱਜ ਦਾ ਦਿਨ ਲਓ ਸਾਹਮਣੇ ਪਹਿਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਹਿਲਵਾਨ ਪਾਉਣ ਦੇ ਲਈ ਬਿਲਕੁਲ ਤਿਆਰੀ ਕਰਦਾ ਹੋਇਆ ਦੋਹੇ ਰੇਡਰ ਜਿਹੜੇ ਬਿਠਾ ਦਿੱਤੇ ਗਏ ਨੇ ਦੋਹਾਂ ਟੀਮਾਂ ਦੇ ਵਿੱਚ ਇੱਕ ਇੱਕ ਰੇਡਰ ਤੇ ਲੱਗੀ ਹੋਈ ਹੈ ਇਹ ਰੇਡਰ ਕਬੱਡੀ ਨਹੀਂ ਪਾ ਸਕਦੇ। ਮਾਸਟਰ ਦਵਿੰਦਰ ਸਿੰਘ ਜੀ ਕੋਚ ਸਾਹਿਬ ਨੇ ਆਜ਼ਾਦ ਕਲੱਬ ਐਡਮਿੰਟਨ ਘੱਲ ਕਲਾਂ ਦੀ ਟੀਮ ਦੇ ਕਹਿੰਦੇ ਨੇ ਵੀ ਬਿਲਕੁਲ ਜਿਹੜੇ ਫੈਸਲੇ ਨੇ ਨਿਰਪੱਖ ਕੀਤੇ ਜਾ ਰਹੇ ਨੇ ਖੇਡ ਮੈਦਾਨ ਦੇ ਵਿੱਚ। ਮਨਦੀਪ ਸਿੰਘ ਨੌਜਵਾਨ ਕੋਕਰੀ ਪਿੰਡ ਵਾਲਾ ਅੱਗੇ ਚਾਰ ਜਾਫੀ ਦੇ ਖੇਡ ਮੈਦਾਨ ਦੇ ਵਿੱਚ ਅਮਨਦੀਪ ਅਮਨ ਲੋਕੋ ਪਿੰਡ ਵਾਲਾ ਪੰਜਾਬ ਦਾ ਸੋਹਣਾ ਬੁਲਾਰਾ ਵਿਸ਼ੇਸ਼ ਤੌਰ ਤੇ ਪੁੱਜਿਆ ਆਪਾਂ ਧੰਨਵਾਦ ਕਰਾਂਗੇ। ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਕੀ ਧਾਵੀ ਕਹਿੰਦਾ ਉੱਡ ਉੱਡ ਪਾਉਣ ਦਾ ਕਬੱਡੀਆਂ ਲੱਤਾਂ ਠਿੱਗਾ ਪੱਟਾਂ ਵਿੱਚ ਤਾਕਤਾਂ ਨੇ ਵੱਡੀਆਂ ਖੁਖਰਾਣੇ ਦਾ ਜਿੱਦਾਂ ਕਹਿੰਦਾ ਵੀ ਤੇਜ ਸੋਹਣੀ ਕਬੱਡੀ ਖੇਡਿਆ ਜਵਾਨੀ ਦੇ ਪੈਰ ਦੇ ਵਿੱਚ ਉਸੇ ਤਰ੍ਹਾਂ ਅੰਗਰੇਜ਼ ਬਿੱਲੇ ਦੀ ਤੂਤੀ ਬੋਲੀ ਹੈ ਚਾਹੇ ਭਜਨੀ ਕਬੱਡੀ ਖੇਡੀ ਹੈ ਇੱਕ ਪਾਸੇ ਉਹਨਾਂ ਦੀ ਟੀਮ ਹੈ ਲਓ ਦੂਸਰੇ ਪਾਸੇ ਦੇਖਣਾ ਵੀ ਖੇਡ ਮੈਦਾਨ ਦੇ ਵਿੱਚ ਸਿਮਰਜੀਤ ਸਿੰਘ ਕਬੱਡੀ ਲਈ ਵੱਧ ਚੁੱਕਿਆ
ਦਰਸ਼ਕ ਜਿਹੜੇ ਨੇ ਭੇਖੇ ਪਿੰਡ ਦੇ ਵਿੱਚ ਅੱਜ ਵਿਸ਼ੇਸ਼ ਤੌਰ ਤੇ ਇਸ ਕਬੱਡੀ ਦੇ ਮਹਾਂਕੁੰਭ ਨੂੰ ਧੱਕਣ ਦੇ ਲਈ ਪੁੱਜੇ ਨੇ। ਇੱਕ ਪਾਸੇ ਰਾਉ ਵਾਲੀਆ ਗੱਗੀ ਬਿਲਕੁਲ ਦੋ ਹੱਥ ਕਰਦਾ ਹੋਇਆ ਇਸ ਨੌਜਵਾਨ ਦੇ ਨਾਲ ਪੁਆਇੰਟ ਸਿਮਰਜੀਤ ਸਿੰਘ ਦੇ ਹਿੱਸੇ ਦੇ ਵਿੱਚ ਹੈ ਕਿ ਬਾਜ ਪੁਰਸ਼ ਦਾ ਰਾਹ ਦੀ ਰਾਹ ਸਿਆਉਂਦਾ ਤੇ ਦੁੱਧਾ ਬਾਜ ਦੀ ਰਿਜ ਦੀ ਖੀਰ ਸਾਏ ਫਕਰ ਕੁੱਲ ਜਹਾਨ ਦਾ ਆਸਰਾ ਨੇ ਦਿੰਦੇ ਜੀਵ ਦੀ ਬਦਲ ਤਕਦੀਰ ਸਾਏ ਪੀਰ ਪਕੜ ਕੇ ਲਾਮ ਦਾ ਤੁਰਕ ਬੰਨੇ ਤੇ ਸੰਤ ਰੱਬ ਦੇ ਹੁੰਦੇ ਨਜ਼ਦੀਕ ਸਾਈਂ ਸੰਤ ਰੱਬ ਦੇ ਹੁੰਦੇ ਨਜ਼ਦੀਕ ਸਾਈਂ ਉਹ ਮਹਾਂਪੁਰਸ਼ਾਂ ਦੀ ਯਾਦ ਨੂੰ ਸਮਰਪਿਤ ਹੈ ਅੱਜ ਦਾ ਦਿਨ। ਅਗਲੀ ਕਬੱਡੀ ਭਲਵਾਨ ਸਿਮਰਜੀਤ ਸਿੰਘ ਦੀ ਪੈਂਦੀ ਹੈ ਖੇਡ ਮੈਦਾਨ ਦੇ ਵਿੱਚ ਚੱਲ ਵੀ ਨੌਜਵਾਨਾਂ ਪਾ ਕਬੱਡੀ ਅਗਲੀਆਂ ਟੀਮਾਂ ਇੱਥੇ ਰੁਕ ਜਾਓ ਮੇਰੇ ਵੀਰ ਸਿੱਟ ਸਾਹਮਣੇ ਕਰ ਲੈ ਨੌਜਵਾਨਾਂ ਬਲਰਾਜ ਸਿੰਘ ਇੱਕ ਪਾਸੇ ਦੇਖਣਾ ਦੁਨੀਆ ਦੇ ਕਹਿਰਬਾਨ ਜਾਫੀਆਂ ਦੇ ਵਿੱਚ ਨਾਮ ਹੈ ਇਸ ਨੌਜਵਾਨ ਦਾ ਕਿ ਲੱਖ ਦੀ ਹੈ ਭੁੱਖ ਦੇਖ ਗੁੰਦੇ ਹੋਏ ਸਰੀਰਾਂ ਨੂੰ ਚੁੰਮਦੀ ਹੈ ਜਿੱਤ ਫਿਰ ਆਣ ਕੇ ਅਖੀਰਾਂ ਨੂੰ ਬੇਟ ਮਾਰ ਦੇ ਜਿੰਮਾਂ ਵਿੱਚ ਜਾ ਕੇ ਹੋਰ ਮਜ਼ਬੂਤ ਹੱਡੀਆਂ ਕੌਡੀ ਖੇਡ ਕੇ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਨੇ ਮੱਲਾਂ ਵੱਡੀਆਂ ਕੌਡੀ ਖੇਡ ਕੇ ਖੁਰਾਕਾਂ ਖਾ ਕੇ ਖੁੱਲੀਆਂ ਤੇ ਮਾਰਦੇ ਨੇ ਮੱਲਾਂ ਵੱਡੀਆਂ ਪੰਜਾਬੀਆਂ ਦੀ ਪੂਰੀ ਤੂਤੀ ਬੋਲਦੀ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ। ਇੱਕ ਪਾਸੇ ਮਨਜਿੰਦਰ ਸਿੰਘ ਗਿਆਨੀ ਹੈ ਖੇਡ ਮੈਦਾਨ ਦੇ ਵਿੱਚ ਸੋਹਣਾ ਖਿਡਾਰੀ ਹੈ ਗੁੱਟ ਫੜਿਆ ਨੌਜਵਾਨ ਨੇ ਔਰ ਭੈਣੀ ਵਾਲਾ ਫੌਜੀ ਫੈਸਲੇ ਕਰਦਾ ਕਿ ਪੁਆਇੰਟ ਇਸ ਨੌਜਵਾਨ ਕੁਲਜਿੰਦਰ ਸਿੰਘ ਗਿਆਨੀ ਦੇ ਹਿੱਸੇ ਦੇ ਵਿੱਚ ਜੋਰ ਦਿੱਤਾ ਜਾਵੇ। ਚੱਲ ਵੀ ਭਲਵਾਨਾ ਪਾ ਕਬੱਡੀ ਬਹੁਤ ਹੀ ਸੋਹਣਾ ਮੁਕਾਬਲਾ ਖੇਡ ਮੈਦਾਨ ਵਿੱਚ ਸੁੱਖ ਨੌਜਵਾਨ ਮੱਥਾ ਟੇਕ ਲੈ ਪੁੱਤਰਾ ਤੇ ਬਾਹਰਲੇ ਪਾਸੇ ਵਾਰਨਾ ਪ੍ਰਹਿਣਾ ਟੀ ਸ਼ਰਟਾਂ ਉਤਾਰ ਕੇ ਗਰਾਊਂਡ ਦੇ ਵਿੱਚ ਆਉਣਾ ਇਹ ਨਿਯਮ ਨੇ ਟੂਰਨਾਮੈਂਟਾਂ ਦੇ ਸੋ ਇਹਨਾਂ ਨੂੰ ਭੰਗ ਨਹੀਂ ਕਰਨਾ। ਸਿਮਰਜੀਤ ਸਿੰਘ ਨੌਜਵਾਨ ਭਲਵਾਨ ਅਗਲੀ ਕਬੱਡੀ ਪਾਉਣ ਦੇ ਲਈ ਵੈਲਕਮ ਡੀਜੇ ਸਾਊਂਡ ਸਰਵਿਸ ਜੀਰੇ ਵਾਲੇ ਜਗਤਾਰ ਸਿੰਘ ਜੀ ਜਿੱਥੇ 24 ਤੇ 25 ਤਰੀਕ ਕਬੱਡੀ ਕੱਪ ਜੀਰੇ ਦੇ ਸੱਦੇ ਦਿੱਤੇ ਨੇ 8 ਮੋਟਰਸਾਈਕਲ ਦਿੱਤੇ ਜਾਣਗੇ ਬੈਸਟ ਰੇਡਰ ਤੇ ਜਾਫੀਆਂ ਦੇ ਲਈ 12 ਵੱਖਰੇ ਮੋਟਰਸਾਈਕਲਾਂ ਦੇ ਹੋਣਗੇ ਪਰ ਆ ਆਉਂਦਾ ਨੌਜਵਾਨ ਭਲਵਾਨ ਖੇਡ ਮੈਦਾਨ ਦੇ ਵਿੱਚ ਪੁਆਇੰਟ ਲੈ ਕੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਚੱਲ ਵੀ ਭਲਵਾਨਾ ਪਾ ਕਬੱਡੀ ਗੁੰਦਿਆ ਸਰੀਰ ਹੈ ਇਸ ਨੌਜਵਾਨ ਦਾ ਹੁਣ 4 ਜਾਫੀਆਂ ਦੀ ਨਜ਼ਰ ਬਿਲਕੁਲ ਇਸ ਗੱਭਰੂ ਦੇ ਉੱਤੇ ਹੈ ਤੇ ਸਿੱਖ ਸਰਦਾਰ ਨੌਜਵਾਨ ਫੇਰ ਘੇਰਦਾ ਕਿ ਪਿਓ ਮਿਲ ਜੇ ਕੱਲ ਕੀ ਧਰ ਵਰਗਾ ਜਿਹਨੂੰ ਸਾਹਿਬ ਕੌਰ ਜੀ ਮਾਂ ਮਿਲਦੀ ਉਹਨਾਂ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਸ੍ਰੀ ਅੰਮ੍ਰਿਤਸਰ ਜੀ ਥਾਂ ਮਿਲਦੀ ਸਿੱਖ ਸਰਦਾਰ ਨੌਜਵਾਨ ਨੇ ਕੋਸ਼ਿਸ਼ ਕੀਤੀ ਹੈ ਚੱਲ ਵੀ ਸਿਮਰਜੀਤ ਸਿਆ ਪਾ ਵੀ ਭਲਵਾਨਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪ੍ਰਬੰਧਕਾਂ ਨੂੰ ਬੇਨਤੀ ਕਰਾਂਗਾ ਇੱਕ ਸੇਵਾਦਾਰ ਖੇਡ ਮੈਦਾਨ ਦੇ ਵਿੱਚ ਇੱਕ ਬਾਲਟੀ ਪਾਣੀ ਦੀ ਲੱਗੀ ਆਵੇ ਰਾਮ ਸਿੰਘ ਜੀ ਪ੍ਰਧਾਨ ਸਾਹਿਬ ਡਿਊਟੀ ਲਾ ਦਿਓ ਇੱਕ ਬਾਲਟੀ ਖੇਡ ਮੈਦਾਨ ਦੇ ਵਿੱਚ ਪਾਣੀ ਦੀ ਪੂਜਦੀ ਕਰ ਦਿਓ। ਇੱਕ ਪਾਸੇ ਬਲਰਾਜ ਸਿੰਘ ਇੱਕ ਬਾਜੀ ਜੰਡ ਵਾਲਾ ਮਸ਼ਹੂਰ ਕਬੱਡੀ ਦਾ ਖਿਡਾਰੀ ਹੈ ਇੱਕ ਆਹ ਨੌਜਵਾਨ ਮੈਚ ਸਮਾਪਤ ਹੈ ਕਿਹੜੀ ਜਿੱਤੂ ਆ ਜੀ ਇਸ ਮੁਕਾਬਲੇ ਦੇ ਵਿੱਚ ਖੁਖਰਾਣੇ ਦੀ ਟੀਮ ਜਿੱਤ ਚੁੱਕੀ ਹੈ ਜੀ ਨੋਟ ਕਰ ਲਓ ਖੁਖਰਾਣੇ ਦੀ ਟੀਮ ਜੇਤੂ ਹੈ ਅਗਲਾ ਮੁਕਾਬਲਾ ਟੀਮ ਦੇ ਖੁਰਤੀ ਵਕੀਲਾਂ ਵਾਲਾ ਹੈਲੋ ਆਓ ਗਰਾਊਂਡ ਦੇ ਹਾਂਜੀ ਸਾਡੇ ਬਾਈ ਜੀ ਜੁਗਰਾਜ ਸਿੰਘ ਜੀ ਮਾਲਾ ਖੁਰਦ ਬਾਰੇ ਖੇਡ ਪ੍ਰਮੋਟਰ 500 ਗੁਰਚਰਨ ਸਿੰਘ ਤੇਰੇ ਵਾਸਤੇ ਉਹ ਨਾਮ ਦੇ ਗਏ ਨੇ
ਤੇ 500 ਮੇਰੇ ਵਾਸਤੇ 500 ਰੁਪਈਆ ਪ੍ਰਾਈਜ਼ ਦੇ ਗਏ ਨੇ ਸਰਦਾਰ ਜੁਗਰਾਜ ਸਿੰਘ ਜੀ ਮਾਲਾ ਖੁਰਦ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਥੈਂਕ ਯੂ। ਅਸੀਂ ਦਾਨੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਆਪਣਾ ਸਮਾਂ ਕੱਢ ਕੇ ਸਾਡੀ ਮੌਕੇ ਦੀ ਰੌਣਕ ਵੀ ਵਧਾਉਂਦੇ ਆ ਅਤੇ ਸਾਨੂੰ ਦਾਨ ਵੀ ਦਿੰਦੇ ਹਨ। ਨਾਲ ਹੀ ਬੇਨਤੀ ਕਰਦੇ ਹਾਂ ਜਸਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ ਅਜਮੇਰ ਕਨੇਡਾ, ਇਹਨਾਂ ਵੱਲੋਂ ਕਲੱਬ ਦਾ ਪਹਿਲਾ ਇਨਾਮ 31,000 ਰੁਪਇਆ ਤੇ ਇੱਕ ਕੱਪ ਦਿੱਤਾ ਜਾਣਾ। ਅਸੀਂ ਇਹਨਾਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਹੀ ਬੇਨਤੀ ਕਰਦੇ ਹਾਂ ਕਿ ਆਪਣਾ ਜੋ ਸਨਮਾਨ ਤਮਾਨਾ ਸਾਡੇ ਕੋਲੋਂ ਪ੍ਰਾਪਤ ਕਰ ਲੈਣ। ਪਰਮਜੀਤ ਸਿੰਘ ਪੰਮਾ ਅਤੇ ਜਮੇਰ ਕਨੇਡਾ ਦਾ ਸਨਮਾਨ ਵੀ ਪਰਮਜੀਤ ਸਿੰਘ ਪੰਮਾ ਨੇ ਪ੍ਰਾਪਤ ਕਰਨਾ। ਨਾਲ ਹੀ ਜੁਗਰਾਜ ਸਿੰਘ ਜੀ ਮਹਿਲਾ ਖੁਰਦ ਵਾਲੇ ਖੇਡ ਪ੍ਰਮੋਟਰ ਨੇ ਬੜੀ ਵਧੀਆ ਸ਼ਖਸੀਅਤ ਹੈ, ਹਰ ਸਮੇਂ ਖਿਡਾਰੀਆਂ ਦੇ ਲਈ ਆਪਣੀ ਖੇਡ ਕਬੱਡੀ ਦੇ ਲਈ ਸੋਚਣ ਵਾਲੇ ਇਨਸਾਨ, ਵਿਸ਼ੇਸ਼ ਤੌਰ ਤੇ ਇੱਥੇ ਪੁੱਜੇ ਬੜੇ ਮਾਨ 500 ਰੁਪਏ ਦੇ ਬੋਲਾਂ ਤੋਂ ਖੁਸ਼ ਹੋ ਕੇ ਭੇਜ ਗਏ ਨੇ ਸਰਦਾਰ ਚੰਦ ਸਿੰਘ ਜੀ ਪ੍ਰਧਾਨ ਸਾਹਿਬ ਬੜੇ ਮਾਨ ਭੇਜ ਗਏ ਨੇ। ਲਾਇਕ ਪਾਸੇ ਹੋਰ ਦੇਖਣਾ ਖੇਡ ਮੈਦਾਨ ਦੇ ਵਿੱਚ ਬਿਲਕੁਲ ਪਿੰਡ ਵਾਲੇ ਪਾਸੇ ਜਿਹੜੀ ਟੀਮ ਜਾ ਰਹੀ ਹੈ ਦੂਸਰੇ ਪਾਸੇ ਜ਼ਿਲ੍ਹਾ ਫਿਰੋਜ਼ਪੁਰ ਨੂੰ ਬਾਹਰ ਦਿੱਤਾ। ਪਿੰਡ ਵਕੀਲਾਂ ਵਾਲੇ ਦੇ ਮੱਲ ਸਿੰਘਾਂ ਨੇ, ਸੂਬੇ ਸਿੰਘਾਂ ਨੇ ਜਵਾਨੀ ਦੇ ਪਹਿਰ ਦੇ ਵਿੱਚ ਕਬੱਡੀ ਖੇਡੀ। ਸਰਦਾਰ ਸਾਧੂ ਸਿੰਘ ਦੇ ਦੋ ਕਬੱਡੀ ਖੇਡਦੇ ਨੇ ਹਰਦਾਸੇ ਪਿੰਡ ਵਾਲੇ ਹਰਦਿਆਲ ਨੂੰ I-20 ਗੱਡੀ ਦਾ ਮਾਣ ਮੰਗਲ ਸਿੰਘ USA ਵਾਲਿਆਂ ਨੇ ਬੋਤੀਆਂ ਵਾਲੇ ਦੀ ਕਬੱਡੀ ਕੱਪ ਤੇ ਦਿੱਤਾ। ਉਹਦਾ ਛੋਟਾ ਵੀਰ ਪਹਿਲੀ ਉਡਾਨ ਭਰਨ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਕਪੂਰਿਆਂ ਵਾਲਾ ਰਾਜਾ 2 ਨੰਬਰ ਤੇ ਖੜਾ, ਜਿੱਥੋਂ ਦਾ ਪ੍ਰੇਮ ਕਹਿੰਦੇ ਵੀ ਬਹੁਤ ਤਕੜੇ ਜਾਫੀਆਂ ਦੇ ਵਿੱਚ ਨਾ ਆਪਣਾ ਲੈ ਕੇ ਪੁੱਜ ਗਿਆ। ਸਭ ਨੇ ਪਹਿਲੀ ਕਬੱਡੀ ਸੁੱਖ ਹਰਦਾਸੇ ਪਿੰਡ ਵਾਲਾ ਆਓ ਖੇਡ ਮੈਦਾਨ ਦੇ ਵਿੱਚ ਪੁਆਇੰਟ ਲੈ ਕੇ ਵਾਪਸ ਮੁੜਦਾ ਹੋਇਆ ਦੌਦਰ ਤੇ ਦੱਦਾ ਹੋਰ ਦੇ ਮੰਨੂ ਨੂੰ ਬੇਨਤੀ ਕਰਾਂਗਾ ਅਗਲਾ ਮੈਚ ਤੁਹਾਡੇ ਵਿੱਚ ਖੇਡਿਆ ਜਾਣਾ। ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣ ਦੌਦਰ ਤੇ ਦੱਦਾ ਹੋਰ, ਦੋਹੇ ਪਿੰਡ ਦੱਦੇ ਤੇ ਪੈਂਦੇ ਨੇ। ਲਓ ਸਭ ਨੇ ਖੇਡ ਮੈਦਾਨ ਦੇ ਵਿੱਚ ਖੇਡਾਂ ਵਿੱਚੋਂ ਖੇਡ ਕਬੱਡੀ ਜਿੰਦ ਜਾਨ ਪੰਜਾਬੀਆਂ ਦੀ ਮਾਲਕ ਪਿੰਡ ਤਹਿਸੀਲ ਜਗਰਾਵਾਂ ਦਾ। ਲਓ ਸਭ ਨੇ ਦੇਖੀਏ ਵੀ ਖੇਡ ਮੈਦਾਨ ਦੇ ਵਿੱਚ ਮਲਕ ਵਾਲਾ ਖਿੰਦਾ ਲਾਜ ਸੋਹਣਾ ਜੱਥਾ ਵਕੀਲਾਂ ਵਾਲੇ ਦੇ ਲਈ 1 ਪੁਆਇੰਟ ਦਾ ਵਾਧਾ ਕਰ ਗਿਆ। ਚੱਲ ਵੀ ਕੁਲਵੀਰ ਸਿੰਘ ਪਾਕ ਵੱਡੀ ਸਰਦਾਰ ਸੂਬਾ ਸਿਸਟਮ ਦੇ ਦੋ ਕਬੱਡੀ ਖੇਡਦੇ ਨੇ। ਰਘਵੀਰ ਸਿੰਘ ਲਾਡਾ ਪਿਛਲੇ ਸਾਲ ਕੈਨੇਡਾ ਦੇ ਮੈਦਾਨਾਂ ਦੇ ਵਿੱਚ ਸੋਹਣੀ ਖੇਡ ਖੇਡੀ ਹੈ। ਇਹ ਛੋਟਾ ਵੀਰ ਹੈ ਨੌਜਵਾਨ ਖੇਡ ਮੈਦਾਨ ਦੇ ਵਿੱਚ ਸੋਹਣੀ ਖੇਡ ਦਾ ਪ੍ਰਦਰਸ਼ਨ ਕਰਦਾ ਹੋਇਆ। ਚੱਲ ਵੀ ਨੌਜਵਾਨ ਪਾਕ ਕਬੱਡੀ ਖੇਡ ਮੈਦਾਨ ਦੇ ਵਿੱਚ ਲਓ ਸਾਹਮਣੇ ਪਹਿਲਵਾਨ ਦੀ ਪਾਈ ਹੋਈ ਕਬੱਡੀ ਹੈ। ਇੱਕ ਪਾਸੇ ਮਲਕ ਦੀ ਧਰਤੀ ਦਾ ਕਿੰਦਾ ਨੌਜਵਾਨ ਹੈ ਔਰ ਦੂਸਰੇ ਪਾਸੇ ਰਘਵੀਰ ਸਿੰਘ ਲਾਡਾ। ਲਓ ਸਾਹਮਣੇ ਬਿਲਕੁਲ ਮੂਹਰੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਜੱਫਾ ਲਾ ਹੀ ਜਾਂਦੇ ਨੇ। ਚੰਗੇ ਕੋਚ ਸਿਆਲੇ ਮਾਪੇ ਜੀਨ ਦਾ ਢੰਗ ਸਿਖਾ ਹੀ ਜਾਂਦੇ ਨੇ। ਚੰਗੇ ਕੋਚ ਸਿਆਲੇ ਮਾਪੇ ਜੀਨ ਦਾ ਢੰਗ ਸਿਖਾ ਹੀ ਜਾਂਦੇ ਨੇ। ਲੱਕ ਵੱਡੀ ਕੁਲਵੀਰ ਸਿੰਘ ਦੀ ਹੈ। ਚਾਰ ਜ
ਜਾਪੀ ਉਹ ਦੇਖਣਾ ਵੀ ਕਿਹੜਾ ਨੌਜਵਾਨ ਹੌਸਲਾ ਲੈ ਕੇ ਇਸ ਨੌਜਵਾਨ ਨੂੰ ਫੜ ਪਾਉਂਦਾ ਆਓ ਸਾਹਮਣੇ ਪੁਆਇੰਟ ਲੈ ਕੇ ਨੌਜਵਾਨ ਵਾਪਸ ਮੁੜਦਾ ਹੋਇਆ ਆਪਣੀ ਟੀਮ ਦੇ ਲਈ ਅਗਲੀਆਂ ਦੋਹੇ ਟੀਮਾਂ ਵੇਖਣ ਦੇ ਵਿੱਚ ਹੈਲੋ ਅਸੀਂ ਬੇਨਤੀ ਕਰਦੇ ਹਾਂ ਜਸਵਿੰਦਰ ਸਿੰਘ ਬੱਬੂ ਪਰਮਜੀਤ ਸਿੰਘ ਪੰਮਾ ਅਤੇ ਜਗਦੇਵ ਸਿੰਘ ਕੈਨੇਡਾ ਨਾਲ ਹੀ ਚੰਦ ਸਿੰਘ ਸੈਡੀ ਪ੍ਰਧਾਨ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਸਨਮਾਨ ਪ੍ਰਾਪਤ ਕਰ ਲੈਣ ਚੰਦ ਸਿੰਘ ਯੂਐਸਏ ਜੀਤਾ ਕੈਨੇਡਾ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਸਟੇਜ ਦੇ ਮੂਹਰਲੇ ਪਾਸੇ ਆਣ ਕੇ ਸਨਮਾਨ ਪ੍ਰਾਪਤ ਕਰ ਲੈਣ ਚੰਦ ਯੂਐਸਏ ਜੀਤਾ ਕੈਨੇਡਾ ਨਿਰਮਲ ਸਿੰਘ ਖਾਲਸਾ ਨਿਰਮਲ ਸਿੰਘ ਖਾਲਸਾ ਮੁਖਤਿਆਰ ਸਿੰਘ ਦਾ ਲੜਕਾ ਇਹਨਾਂ ਨੂੰ ਬੇਨਤੀ ਆ ਵੀ ਉਹ ਵੀ ਸਨਮਾਨ ਪ੍ਰਾਪਤ ਕਰ ਲੈਣ ਹੁਣ ਸਾਡੇ ਕਮੇਟੀ ਮੈਂਬਰ ਸਨਮਾਨਿਤ ਕਰ ਰਹੇ ਨੇ ਚੰਦ ਸਿੰਘ ਯੂਐਸਏ ਜੀਤਾ ਕੈਨੇਡਾ ਰਾਮ ਸਿੰਘ ਪ੍ਰਧਾਨ ਦੇ ਛੋਟੇ ਭਾਈ ਇਹਨਾਂ ਵੱਲੋਂ ਦਾਹੇ ਸਿੰਘ 11,000 ਰੁਪਇਆ ਸਾਡੀ ਟੂਰਨਾਮੈਂਟ ਕਮੇਟੀ ਵਾਸਤੇ ਆਇਆ ਅਸੀਂ ਤਹਿ ਦਿਲੋਂ ਇਹਨਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਪਿੰਦਰ ਜੀ ਥੋੜਾ ਜਿਹਾ ਖਿਆਲ ਦੇਣਾ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਣਾ ਵੀ ਸਟੇਜ ਦੇ ਉੱਤੇ ਅਨਾਉਂਸਮੈਂਟ ਕਰਕੇ ਦਾਨੀ ਸੱਜਣਾਂ ਦਾ ਮਾਹ ਬਣਾਇਆ ਜਾ ਰਿਹਾ ਰਕੇਸ਼ ਸਿੰਘ ਮੈਂਬਰ ਬਲਾਸਰ ਤੇ ਮੈਂਬਰ ਇਹਨਾਂ ਵੱਲੋਂ ਵੀ 10,000 ਰੁਪਇਆ ਆਇਆ